ਇਹਨਾਂ ਮਨੁੱਖੀ ਜੀਵਨ ਦੀਆਂ ਘੜੀਆਂ ਨੂੰ ਆਪਣੀ ਗੋਦ ਵਿੱਚ ਬੈਠ ਕੇ ਸਫਲ ਕਰਨ ਦੇ ਲਈ ਆਪਣੇ ਪਾਸ ਸਦ ਬਹਾਲਿਆ। ਆਓ ਸਤਿਗੁਰਾਂ ਦਾ ਸ਼ੁਕਰ ਕਰਦਿਆਂ ਹੋਇਆਂ ਇਹਨਾਂ ਪਾਵਨ ਵਿਚਾਰਾਂ ਦੀ ਆਰੰਭਤਾ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸਤਿਗੁਰਾਂ ਦੀ ਪਾਵਨ ਬਾਣੀ 52 ਅੱਖਰੀ ਅੰਦਰੋਂ ਹੁਣ ਤੱਕ 51 ਸਲੋਕ ਔਰ ਨਾਲ ਲੱਗਦੀ ਪੌੜੀਆਂ ਆਪ ਜੀ ਨੇ ਸਰਵਨ ਕੀਤੀਆਂ ਨੇ। ਅੱਜ ਦਾ ਇਹ ਪਾਵਨ ਬਚਨ ਜੋ ਆਪ ਜੀ ਨੇ ਹੁਣੇ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਨ ਕੀਤਾ, ਸਲੋਕ ਲੇਖੈ ਕਤ ਹੈ ਨਾ ਛੁਟੀਐ, ਖਿੰਨ ਖਿੰਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਲੇਖੈ ਲੇਖੈ ਦਾ ਭਾਵ ਹੈ ਜੋ ਸਾਡੇ ਲੇਖ ਨੇ, ਲੇਖ ਸ਼ਬਦ ਲਿਖਣ ਤੋਂ ਬਣਿਆ। ਬੜੀ ਕਮਾਲ ਦੀ ਗੱਲ ਹੈ, ਅਸੀਂ ਜਿਤਨੇ ਸੰਸਾਰ ਦੇ ਜੀਵ ਹਾਂ, ਸਤਿਗੁਰ ਕਹਿੰਦੇ ਨੇ ਤੂੰ ਜੋ ਵੀ ਕਰਮ ਆਪਣੇ ਜੀਵਨ ਵਿੱਚ ਕਰਦੇ, ਹਾਲਾਂਕਿ ਕੀਤੇ ਹੋਏ ਕਰਮ ਜਿਹੜੇ ਅਸੀਂ ਸਭ ਕਰਦੇ ਹਾਂ, ਉਹਨਾਂ ਨੂੰ ਕੋਈ ਸਾਡੇ ਨਾਲ ਬੈਠ ਕੇ ਲਿਖ ਨਹੀਂ ਰਿਹਾ, ਪਰ ਉਹ ਕਰਮ ਸਾਡੇ ਅੰਤਹਕਰਨ ਦੇ ਅੰਦਰ, ਸਾਡੀ ਸਮ੍ਰਿਤੀ ਦੇ ਅੰਦਰ ਜੀਵਤ ਨੇ। ਦੋ ਤਰ੍ਹਾਂ ਦੇ ਕਰਮ ਨੇ ਮਨੁੱਖ ਜਿਹੜੇ ਆਪਣੇ ਜੀਵਨ ਵਿੱਚ ਕਰਦਾ, ਭਲੇ ਕਰਮ ਕਰਦਾ, ਬੁਰੇ ਕਰਮ ਕਰਦਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਲੇਖ ਨੇ ਤੇਰੇ, ਇਹ ਜਿਹੜੇ ਕਰਮ ਨੇ, ਇਹ ਸਾਰੇ ਕਰਮਦਾਤਾ ਜੀ ਕਹਿੰਦੇ ਨੇ ਇਸ ਕਰਮ ਰੂਪੀ ਧਰਤੀ ਦੇ ਉੱਪਰ ਲਿਖੇ ਜਾ ਰਹੇ ਨੇ। ਬਾਣੀ ਦਾ ਮੁੱਖ ਵਾਕ ਹੈ, ਬਚਨ ਹੈ, ਸਭ ਕਹਿੰਦੇ ਨੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੀਜੈ ਸੋਖਾਤ। ਇਹਦੇ ਅੰਦਰ ਜੋ ਬੀਜਿਆ ਜਾ ਰਿਹਾ, ਜਿਵੇਂ ਧਰਤੀ ਦੇ ਅੰਦਰ ਬੀਜ ਬੀਜਿਆ ਜਾਂਦਾ, ਕਈ ਵਾਰੀ ਬੀਜ ਜਿਹੜਾ ਬੇਮੌਸਮਾਂ ਬੀਜਿਆ ਜਾਏ, ਉਹ ਧਰਤੀ ਦੇ ਵਿੱਚੋਂ ਪੁੰਗਰਦਾ ਨਹੀਂ, ਨਿਕਲਦਾ ਨਹੀਂ ਹੈ, ਪਰ ਜਦੋਂ ਦਾ ਮੌਸਮ ਆਉਂਦਾ ਨਾ, ਉਹ ਆਪਣੇ ਆਪ ਉਸ ਧਰਤੀ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਸਤਿਗੁਰ ਕਹਿੰਦੇ ਨੇ ਜੋ ਵੀ ਤੂੰ ਲਿਖਿਆ ਹੈ ਆਪਣੇ ਜੀਵਨ ਵਿੱਚ ਕਰਮ ਰੂਪੀ ਧਰਤੀ ਦੇ ਅੰਦਰ, ਇਹ ਤੇਰੇ ਲੇਖ ਨੇ।
ਅਤੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਇਹਨਾਂ ਲੇਖਾਂ ਤੋਂ ਕਤ ਹੈ ਨਾ ਛੁੱਟੀ ਹੈ। ਕਤ ਹੈ ਦਾ ਮਤਲਬ ਹੈ ਕਦੇ ਵੀ, ਜੇ ਤੂੰ ਯਤਨ ਵੀ ਕਰੇ ਨਾ ਤਾਂ ਸਤਿਗੁਰ ਕਹਿੰਦੇ ਨੇ ਇਹਨਾਂ ਕਰਮਾਂ ਤੋਂ ਤੂੰ ਛੁੱਟ ਨਹੀਂ ਸਕਦਾ। ਇਹ ਲਿਖੇ ਹੋਏ ਲੇਖ ਕਿਸੇ ਇਰੇਜ਼ਰ ਦੇ ਨਾਲ ਮਿਟਾਏ ਨਹੀਂ ਜਾ ਸਕਦੇ। ਜਿਵੇਂ ਕਾਗਜ਼ 'ਤੇ ਕੁਝ ਲਿਖ ਲਿਆ ਜਾਏ ਪੈਨਸਿਲ ਦੇ ਨਾਲ ਤਾਂ ਉਹਨੂੰ ਇਰੇਜ਼ ਕੀਤਾ ਜਾ ਸਕਦਾ, ਪਰ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਲੇਖ ਤੋਂ ਲਿਖੇ ਨੇ ਇਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ। ਲੇਖ ਹੈ ਕਤ ਹੈ ਨਾ ਛੁੱਟੀ ਹੈ, ਤੂੰ ਕਦੇ ਵੀ ਨਹੀਂ ਛੁੱਟ ਸਕਦਾ। ਖਿੰਨ ਖਿੰਨ ਭੁੱਲਣ ਹਾਰ, ਇੱਥੇ ਸਤਿਗੁਰੂ ਜੀ ਬੇਨਤੀ ਸਰੂਪ ਵਿੱਚ ਰੱਬ ਜੀ ਦੇ ਚਰਨਾਂ ਵਿੱਚ ਅਰਦਾਸ ਅਰਜ਼ੋਈ ਕਰ ਰਹੇ ਨੇ। ਔਰ ਇਹ ਅਰਜ਼ੋਈ, ਇਹ ਅਰਦਾਸ ਉਦੋਂ ਨਿਕਲਦੀ ਹੈ ਜਦੋਂ ਬੰਦੇ ਨੂੰ ਆਪਣੇ ਆਪ ਦੇ ਉੱਪਰ ਇਸ ਗੱਲ ਦੀ ਪ੍ਰਤੀਤ ਆ ਜਾਏ, ਸਮਝ ਆ ਜਾਏ ਕਿ ਇਸ ਜਗਤ ਦੇ ਅੰਦਰ ਮੈਂ ਬੁਰਾ ਕੀਤਾ ਹੈ ਜਾਂ ਮੈਂ ਬੁਰਾ ਕਰ ਰਿਹਾ ਜਾਂ ਕਿਤੇ ਮੈਂ ਬੁਰਾ ਕਰ ਨਾ ਦੇਵਾਂ। ਇਹ ਚੀਜ਼ ਇਮੈਜ਼ਿਨ ਕਰਨੀ ਬੜੀ ਸੌਖੀ ਹੁੰਦੀ ਹੈ, ਪਰ ਇਹਨੂੰ ਇੰਪਲੀਮੈਂਟ ਕਰਨਾ ਬੜਾ ਔਖਾ ਹੁੰਦਾ ਹੈ। ਕੋਈ ਆਖੇ ਵੀ ਮੈਂ ਕੱਲ੍ਹ ਤੋਂ ਗੁਨਾਹ ਨਹੀਂ ਕਰਨਾ, ਮਨੁੱਖ ਨੇ ਸੋਚ ਤੇ ਲਿਆ, ਇਮੈਜ਼ਿਨ ਤੇ ਕਰ ਲਿਆ, ਬੜਾ ਸੁੱਖ ਹੈ, ਪਰ ਜਦੋਂ ਹੁਣ ਅਗਲਾ ਦਿਨ ਚੜ੍ਹਨਾ ਹੈ ਉਹਨੂੰ ਇੰਪਲੀਮੈਂਟ ਕਰਨਾ ਬੜਾ ਔਖਾ ਹੁੰਦਾ ਹੈ। ਜਿਵੇਂ ਕੋਈ ਰਾਤ ਨੂੰ ਸੋਵੇ ਅਤੇ ਸਵੇਰ ਦਾ ਅਲਾਰਮ ਲਾ ਕੇ ਇਹ ਕਹਿੰਦਾ ਸਵੇਰੇ ਅੰਮ੍ਰਿਤ ਵੇਲੇ ਮੈਂ ਅੱਜ ਉੱਠਣਾ ਹੀ ਉੱਠਣਾ ਹੈ ਕੱਲ੍ਹ ਨੂੰ ਅੰਮ੍ਰਿਤ ਵੇਲੇ, ਪਰ ਜਦੋਂ ਅਲਾਰਮ ਵੱਜਦਾ ਨੀਂਦ ਚੜ੍ਹੀ ਹੁੰਦੀ ਹੈ, ਫਿਰ ਅਲਾਰਮ ਬੰਦ ਕਰਦਾ, ਫਿਰ ਸੋ ਜਾਂਦਾ ਹੈ, ਹੁਣ ਇੰਪਲੀਮੈਂਟ ਕਰਨਾ ਔਖਾ ਹੋ ਗਿਆ ਨਾ। ਸਤਿਗੁਰੂ ਜੀ ਇਹੀ ਗੱਲ ਬਾਣੀ ਵਿੱਚ ਸ਼ਬਦ ਵਿੱਚ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਦਾਤਾ ਜੀ ਮੈਨੂੰ ਪਤਾ ਹੈ ਕਿ ਮੇਰੇ ਲੇਖ ਬੜੇ ਬੁਰੇ ਨੇ, ਅਤੇ ਜੇ ਮੈਂ ਆਪਣੇ ਲੇਖਾਂ ਦਾ ਲੇਖਾ ਜੋਕਾ ਕਰਕੇ ਆਖਾਂ ਵੀ ਨਹੀਂ ਮੈਂ ਬਚ ਜਾਵਾਂਗਾ, ਮੈਂ ਛੁੱਟ ਜਾਵਾਂਗਾ, ਅਤੇ ਸਤਿਗੁਰੂ ਜੀ ਕਹਿੰਦੇ ਨੇ ਦਾਤਾ ਜੀ ਮੈਂ ਤਾਂ ਖਿੰਨ ਖਿੰਨ ਭੁੱਲਣ ਹਾਰ ਹਾਂ। ਖਿਆਲ ਕਰਿਓ ਬੜਾ ਔਖਾ ਹੈ, ਰੇਅਰ ਮਨੁੱਖ ਹੁੰਦੇ ਨੇ ਜਿਹੜੇ ਗੁਰੂ ਦੀ ਗੋਦ ਵਿੱਚ ਬੈਠ ਕੇ ਅੰਤਰਾਤਮੇ ਤੋਂ ਇਸ ਗੱਲ ਨੂੰ ਅਪਲਾਈ ਕਰਨ। ਕਹਿ ਦੇਣਾ ਜ਼ੁਬਾਨ ਤੋਂ ਬਹੁਤ ਸੌਖਾ ਹੁੰਦਾ, ਮੈਂ ਵੀ ਕਹਿ ਦਿੱਤਾ, ਤੁਸੀਂ ਕਹਿ ਦਿਓਗੇ, ਪਰ ਉਹਨੂੰ ਜੀਵਨ ਦੇ ਵਿੱਚ ਅਪਲਾਈ ਕਰਨਾ। ਅਪਲਾਈ ਕਰਨ ਦਾ ਮਤਲਬ ਕੀ ਹੈ ਕਿ ਜੋ ਮੈਂ ਕੱਲ੍ਹ ਕਰ ਚੁੱਕਾ ਹਾਂ ਉਹ ਮੈਂ ਹੁਣ ਅੱਗੇ ਨਹੀਂ ਕਰਨਾ। ਜੇ ਕੱਲ੍ਹ ਮੇਰੇ ਕੋਲੋਂ ਕੁਝ ਬੁਰਾ ਹੋਇਆ ਅਤੇ ਮੈਂ ਯਤਨ ਕਰਨਾ ਹੁਣ ਆਉਣ ਵਾਲੇ ਸਮੇਂ ਵਿੱਚ ਉਹਨੂੰ ਅਪਲਾਈ ਨਹੀਂ ਕਰਨਾ ਆਪਣੇ ਜੀਵਨ ਵਿੱਚ। ਮੈਂ ਸੇਧ ਲੈਣੀ ਹੈ ਸਤਿਗੁਰ ਦੇ ਅੰਮ੍ਰਿਤ ਬਚਨਾਂ ਤੋਂ, ਮੈਂ ਹੁਣ ਭੁੱਲਣਾ ਨਹੀਂ ਹੈ ਆਪਣੇ ਜੀਵਨ ਦੇ ਅੰਦਰ। ਪਰ ਪਾਤਸ਼ਾਹ ਜੀ ਕਹਿੰਦੇ ਨੇ ਦਾਤੇ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਇਹ ਮੇਰੇ ਮਾਲਕ ਜੀ ਅਸੀਂ ਆਪਣੇ ਕੀਤੇ ਹੋਏ ਲੇਖਾਂ ਕਰਕੇ ਛੁੱਟ ਨਹੀਂ ਸਕਦੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਭਾਈ ਸਾਹਿਬ ਜੀ ਕਹਿੰਦੇ ਨੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੋਰ। ਹੇ ਮੇਰੇ ਮਾਲਕ, ਜੇ ਮੇਰੇ ਆਪਣੇ ਕਰਮਾਂ ਦੀ ਗੱਲ ਹੋਵੇ ਤਾਂ ਸ਼ਾਇਦ ਮੈਂ ਜਿਹੜੇ ਕਰਮ ਕੀਤੇ ਨੇ ਮੈਨੂੰ ਨਰਕਾਂ ਵਿੱਚ ਵੀ ਥਾਂ ਨਾ ਮਿਲੇ। ਨਰਕ ਮਤਲਬ ਇੰਨੇ ਦੁੱਖ ਮੈਨੂੰ ਭੋਗਣੇ ਪੈਣ ਕਿ ਮੈਂ ਉਹਨਾਂ ਨੂੰ ਇਮੈਜ਼ਿਨ ਵੀ ਨਹੀਂ ਕਰ ਸਕਦਾ।
ਇੰਨੇ ਦੁੱਖ। ਪਰ ਪਾਤਸ਼ਾਹ ਜੀ ਕਹਿੰਦੇ ਨੇ ਦਾਤਾ ਜੀ ਇਹ ਵੀ ਸੱਚ ਹੈ, ਤੁਮਰੇ ਬਿਰਧ ਕਰ ਆਸਰੋ ਸਮਾਰ ਹੋ, ਮੈਨੂੰ ਤੇਰੇ ਬਿਰਧ ਦਾ ਭਰੋਸਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਪਰਮਾਤਮਾ ਦਾ ਸੁਭਾਅ ਹੈ, ਇਹ ਰੱਬੀ ਨੇਚਰ ਹੈ, ਇਹ ਕੁਦਰਤੀ ਨੇਮ ਹੈ। ਕਿਉਂ ਸਤਿਗੁਰੂ ਵਾਰ ਵਾਰ ਇਹਨਾਂ ਚੀਜ਼ਾਂ ਨੂੰ ਬਾਣੀ ਵਿੱਚ ਕਹਿੰਦੇ ਨੇ? ਇਸ ਕਰਕੇ ਤਾਂ ਕਿ ਅਸੀਂ ਇਹਨਾਂ ਕੁਦਰਤੀ ਨੇਮਾਂ ਨੂੰ ਅਪਲਾਈ ਕਰੀਏ ਆਪਣੇ ਜੀਵਨ ਵਿੱਚ, ਅਸੀਂ ਖੁਦ ਦਾਤੇ ਬਣ ਕੇ ਨਾ ਬੈਠ ਜਾਈਏ ਦੁਨੀਆਂ ਦੇ ਅੰਦਰ। ਕਿਸੇ ਨੂੰ ਸਜ਼ਾ ਦੇਣ ਦਾ ਹੱਕ ਉਹਨੂੰ ਹੈ ਜਿਹੜਾ ਆਪ ਕੋਈ ਗੁਨਾਹ ਨਾ ਕਰਦਾ ਹੋਵੇ, ਅਤੇ ਜੇ ਮੈਂ ਆਪ ਗੁਨਾਹ ਕਰਨਾ ਤਾਂ ਮੈਨੂੰ ਕਿਸੇ ਦੂਜੇ ਨੂੰ ਸਜ਼ਾ ਦੇਣ ਦਾ ਹੱਕ ਨਹੀਂ ਹੈ। ਸਤਿਗੁਰੂ ਜੀ ਇਸੇ ਕਰਕੇ ਕਹਿ ਰਹੇ ਨੇ ਦਾਤਾ ਜੀ ਅਸੀਂ ਤਾਂ ਖਿੰਨ ਖਿੰਨ ਭੁੱਲਣ ਹਾਰ, ਖਿੰਨ ਹਰ ਛਿੰਨ ਛਿੰਨ ਮਤਲਬ ਅੱਖ ਝਮਕਣ ਦੇ ਸਮੇਂ ਦੇ ਅੰਦਰ, ਇੰਨੇ ਸਮੇਂ ਦੇ ਅੰਦਰ ਵੀ ਪਤਾ ਨਹੀਂ ਅਸੀਂ ਕਿੰਨੀਆਂ ਗਲਤੀਆਂ ਕਰਨੇ ਹਾਂ, ਕਿੰਨੀ ਵਾਰੀ ਭੁੱਲਦੇ ਹਾਂ। ਪਰ ਦਾਤਾ ਜੀ ਬਖਸ਼ਣਹਾਰ, ਬਖਸ਼ ਲੈ ਸਤਿਗੁਰ, ਤੂੰ ਬਖਸ਼ਣਹਾਰ ਹੈ, ਤੂੰ ਬਖਸ਼ਿੰਦ ਹੈ, ਤੇਰੇ ਤੋਂ ਬਿਨਾਂ ਬਖਸ਼ਣਹਾਰ ਕੋਈ ਹੋਰ ਨਹੀਂ ਹੈ। ਦੁਨੀਆਂ ਦੇ ਲੋਕ ਤਾਂ ਐਬ ਲੱਭਦੇ ਨੇ ਅਤੇ ਉਹਨਾਂ ਦਾ ਪ੍ਰਗਟਾਵਾ ਸੰਸਾਰ ਵਿੱਚ ਕਰਦੇ ਨੇ, ਇੱਥੇ ਤਾਂ ਜਗਤ ਦੇ ਅੰਦਰ ਇੱਕ ਘਰ ਦੇ ਅੰਦਰ ਇੱਕ ਮਾਂ ਦੀ ਕੁੱਖ ਤੋਂ ਜੰਮੇ ਹੋਏ ਦੋ ਭਰਾ ਵੀ ਯਤਨ ਕਰਦੇ ਨੇ ਸਮਾਂ ਪਾ ਕੇ, ਕਦੀ ਜਿਦਨ ਉਹਨਾਂ ਦੇ ਜੀਵਨ ਦੇ ਵਿੱਚ ਵਖਰੇਵਾਂ ਬਣ ਜਾਏ ਕਿ ਇੱਕ ਭਰਾ ਦੇ ਅਵਗੁਣ ਮੈਂ ਸੰਸਾਰ ਵਿੱਚ ਨਸ਼ਰ ਕਰਦੇ ਹਾਂ ਤਾਂ ਕਿ ਜੋ ਮੇਰੇ ਤੋਂ ਅੱਗੇ ਜਾ ਰਿਹਾ ਉਹ ਮੇਰੇ ਤੋਂ ਅੱਗੇ ਨਾ ਜਾ ਸਕੇ। ਪਰ ਸਤਿਗੁਰ ਤੂੰ ਬੜਾ ਬਖਸ਼ਿੰਦ ਹੈ, ਬਖਸ਼ਣਹਾਰ, ਬਖਸ਼ ਲੈ। ਹੇ ਬਖਸ਼ਣਹਾਰ ਦਾਤਾ ਜੀ ਮੇਰੀ ਅਰਜ਼ੋਈ ਹੈ ਤੇਰੇ ਚਰਨਾਂ ਦੇ ਵਿੱਚ, ਮੈਨੂੰ ਬਖਸ਼ ਲੈ ਨਾਨਕ ਪਾਰ ਉਤਾਰ। ਹੇ ਨਾਨਕ ਜੀ ਅਰਦਾਸ ਕਰ ਉਸ ਸਤਿਗੁਰ ਦੇ ਚਰਨਾਂ ਵਿੱਚ ਕਿ ਸਤਿਗੁਰ ਤੂੰ ਹੀ ਹੈ ਜਿਹੜਾ ਇਹਨਾਂ ਕਰਮਾਂ ਤੋਂ ਮੈਨੂੰ ਪਾਰ ਕਰਨ ਵਾਲਾ ਹੈ, ਜਿਹੜਾ ਇਹਨਾਂ ਕਰਮਾਂ ਤੋਂ ਮੈਨੂੰ ਪਾਰ ਲੈ ਕੇ ਜਾਣ ਵਾਲਾ। ਪਾਰ ਲਿਜਾਣ ਦਾ ਮਤਲਬ ਕੀ ਹੈ? ਜੋ ਮੈਂ ਕੀਤੇ ਨੇ ਮੈਂ ਸਤਿਗੁਰ ਜੀ ਉਹਨਾਂ ਕਰਮਾਂ ਨੂੰ ਅੱਜ ਤੋਂ ਬਾਅਦ ਨਹੀਂ ਕਰਾਂਗਾ, ਉਹਨਾਂ ਕਰਮਾਂ ਨੂੰ ਮੇਰੇ ਸਿਮ੍ਰਿਤੀ ਦੇ ਅੰਦਰੋਂ ਖਤਮ ਕਰਕੇ ਮੈਨੂੰ ਚੰਗਿਆਈ ਨਾਲ ਜੋੜਨ ਦੀ ਸਮਰੱਥਾ ਇਹ ਸਤਿਗੁਰ ਜੀ ਉਹ ਤੁਹਾਡੇ ਚਰਨਾਂ ਦੇ ਵਿੱਚੋਂ ਮਿਲਣੀ ਹੈ। ਇਸ ਕਰਕੇ ਦਾਤਾ ਜੀ ਕਿਰਪਾ ਕਰੋ, ਇਹ ਪਾਰ ਕਰਨ ਵਾਲੇ ਤੁਸੀਂ ਹੋ, ਕੋਈ ਹੋਰ ਨਹੀਂ। ਇਸ ਕਰਕੇ ਦਾਤਾ ਜੀ ਬਖਸ਼ਣਹਾਰ ਹੋ, ਕਿਰਪਾ ਕਰਕੇ ਮੈਨੂੰ ਬਖਸ਼ ਲਓ ਅਤੇ ਮੈਨੂੰ ਇਹਨਾਂ ਅਵਗੁਣਾਂ ਤੋਂ ਪਾਰ ਹੋਣ ਦੀ ਜੁਗਤ ਦਿਓ। ਪੌੜੀ ਲੂਣ ਹਰਾਮੀ ਗੁਨਹਗਾਰ, ਬੇਗਾਨਾ ਅਲਪ ਮਤ, ਜੀਉ ਪਿੰਡ ਜਿਨ ਸੁਖ ਦੀਏ, ਤਾਹੇ ਨਾ ਜਾਣਤ ਤਤ। ਸਤਸੰਗਤ ਜੀ ਆਪਣੇ ਆਪ ਨੂੰ ਸਿਆਣਾ ਕਹਿਣਾ ਬੜਾ ਸੁਭਾਵਿਕ ਹੈ, ਹਰ ਕੋਈ ਕਹਿ ਸਕਦਾ ਹੈ। ਪਰ ਸਤਿਗੁਰ ਕਹਿੰਦੇ ਨੇ ਚੇਤਾ ਰੱਖ, ਇਸ ਜਗਤ ਦੇ ਅੰਦਰ ਅਸੀਂ ਜਿੰਨੇ ਆਉਣਾ, ਇੱਥੇ ਸਤਿਗੁਰੂ ਜੀ ਬੇਨਤੀ ਰੂਪ ਵਿੱਚ ਰੱਬ ਜੀ ਦੇ ਚਰਨਾਂ ਵਿੱਚ ਅਰਜੋਈ ਕਰ ਰਹੇ ਨੇ, ਇਹਨਾਂ ਪੰਕਤੀਆਂ 'ਤੇ ਆਪਣੇ ਆਪ ਨੂੰ ਖੜ੍ਹੇ ਕਰਕੇ ਗੁਰੂ ਦੇ ਚਰਨਾਂ ਵਿੱਚੋਂ ਇਹਨੂੰ ਸਮਰਨ ਵਿੱਚ ਲਿਆਉਣਾ ਹੈ। ਇਹ ਨਹੀਂ ਵੀ ਮੈਂ ਬਾਣੀ ਪੜ੍ਹ ਰਿਹਾ ਅਤੇ ਸ਼ਾਇਦ ਇਹ ਬਚਨ ਮੇਰੇ ਲਈ ਥੋੜ੍ਹਾ ਆਖੇ ਗਏ ਨੇ। ਜਦੋਂ ਮੈਂ ਇਹਨਾਂ ਸ਼ਬਦਾਂ ਨੂੰ ਪੜ੍ਹ ਰਿਹਾ ਨਾ, ਤਾਂ ਮੈਂ ਮਹਿਸੂਸ ਕਰਾਂ ਕਿ ਸਤਿਗੁਰੂ ਜੀ ਮੈਂ ਹਾਂ ਜਿਹੜਾ ਇੱਥੇ ਖੜ੍ਹਾ ਹੋਇਆ, ਅਤੇ ਤੁਸੀਂ ਉਹ ਬਖਸ਼ਣਹਾਰ ਮੇਰੇ ਮਾਲਕ ਜੀ ਲੂਣ ਹਰਾਮੀ। ਲੂਣ ਹਰਾਮੀ ਦਾ ਮਤਲਬ ਹੁੰਦਾ ਕਿਸੇ ਦਾ ਖਾ ਕੇ ਹਰਾਮ ਕਰ ਦੇਣਾ।
ਤੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਜਿੰਨਾ ਕੁਝ ਹੈ ਜਿਸ ਕਾ ਤਨ ਮਨ ਧਨ ਸਭ, ਇਹ ਸਭ ਕੁਝ ਤੇਰਾ ਹੀ ਹੈ, ਸਰੀਰ ਵੀ ਤੇਰਾ ਹੈ, ਸਰੀਰ ਦੇ ਅੰਦਰ ਜੇ ਸਮਰੱਥਾ ਹੈ ਸੋਚਣ ਸਮਝਣ ਦੀ ਮਨ ਉਹ ਵੀ ਤੇਰਾ ਹੈ, ਅਤੇ ਜੇ ਮੈਂ ਧਨ ਪਦਾਰਥ ਆਖਾਂ ਸਤਿਗੁਰੂ ਜੀ ਇਹ ਵੀ ਤੇਰੇ ਨੇ, ਮੈਂ ਤਾਂ ਇਹਨਾਂ ਨੂੰ ਸੰਸਾਰ ਦੇ ਵਿੱਚ ਵਰਤ ਰਿਹਾ ਤੇਰੀ ਕਿਰਪਾ ਦੇ ਨਾਲ, ਨਾ ਮੈਂ ਇਹਨਾਂ ਨੂੰ ਲੈ ਕੇ ਆਇਆ ਸਾਂ ਨਾ ਮੈਂ ਇਹਨਾਂ ਨੂੰ ਲੈ ਕੇ ਜਾਣਾ ਹੈ, ਮੈਂ ਤਾਂ ਇਹਨਾਂ ਨੂੰ ਸੰਸਾਰ ਦੇ ਵਿੱਚ ਸਿਰਫ ਵਰਤ ਰਿਹਾ, ਅਤੇ ਇਹ ਮੇਰੇ ਮਾਲਕ ਜੀ ਕਿਰਪਾ ਕਰੋ, ਮੈਂ ਲੂਣ ਹਰਾਮੀ ਹਾਂ, ਮੈਂ ਤੁਹਾਡੇ ਕੋਲੋਂ ਦਾਤਾਂ ਲੈ ਕੇ ਕਦੀ ਤੁਹਾਡਾ ਸ਼ੁਕਰ ਕਰਦਾ ਹੀ ਨਹੀਂ। ਗੁਰੂ ਅਰਜਨ ਸਾਹਿਬ ਜੀ ਦੇ ਬਚਨ ਰੋਜ਼ ਪੜ੍ਹਦੇ ਆ ਨਾ, ਪਾਤਸ਼ਾਹ ਜੀ ਕਹਿੰਦੇ ਨੇ ਗੱਲ ਯਾਦ ਰੱਖ, ਜਿਸ ਦਾਤੇ ਦੇ ਕੋਲੋਂ ਚੀਜ਼ਾਂ ਲੈ ਕੇ ਵਰਤਣਾ ਨਾ, ਜਿਸ ਕਾ ਦੀਆ ਪਹਿਨੇ ਖਾਏ ਤਿਸ ਸੇ ਉਹ ਆਲਸ ਕਿਉਂ ਬਣੇ ਮੇਰੀ ਮਾਏ। ਪਾਤਸ਼ਾਹ ਕਹਿੰਦੇ ਨੇ ਉਹਦੇ ਤੋਂ ਆਲਸ ਕਿਉਂ, ਜਿੰਦੀਆਂ ਦਿੱਤੀਆਂ ਦਾਤਾਂ ਖਾਣਾ ਵਰਤਣਾ, ਲੂਣ ਹਰਾਮੀ, ਸਤਿਗੁਰ ਮੈਂ ਲੂਣ ਖਾ ਕੇ ਭਾਵ ਤੁਹਾਡੀਆਂ ਦਾਤਾਂ ਲੈ ਕੇ ਕਦੀ ਤੁਹਾਡਾ ਸ਼ੁਕਰ ਨਹੀਂ ਕਰਦਾ, ਗੁਨਾਹਗਾਰ ਮੈਂ, ਬੇਅੰਤ ਗੁਨਾਹ ਕਰਨ ਵਾਲਾ ਹਾਂ, ਬੇਗਾਨਾ, ਸਤਿਗੁਰ ਜੀ ਮੈਂ ਤੁਹਾਡੇ ਤੋਂ ਬੜੀ ਬੇਗਾਨਗੀ ਬਣਾਈ ਹੋਈ ਹੈ, ਮੈਂ ਕਦੀ ਤੁਹਾਨੂੰ ਆਪਣਾ ਬਣਾਇਆ ਹੀ ਨਹੀਂ, ਮੈਂ ਤੁਹਾਡੇ ਤੋਂ ਬਹੁਤ ਦੂਰ ਹਾਂ, ਬੜਾ ਓਪਰਾ ਹੋ ਕੇ ਜੀਵਨ ਗੁਜ਼ਾਰਨਾ, ਅਲਪ ਮਤ, ਮੇਰੀ ਮਤ ਬੜੀ ਅਲਪ ਹੈ, ਛੋਟੀ ਹੈ, ਹੋਛੀ ਹੈ, ਇਹਨੂੰ ਆਪਣੇ ਆਪ ਤੋਂ ਅੱਗੇ ਕੁਝ ਵੀ ਨਜ਼ਰ ਨਹੀਂ ਆਉਂਦਾ। ਜੀਉ ਪਿੰਡ ਜਿਨ ਸੁੱਖ ਦੀਏ, ਜਿਸ ਪਰਮਾਤਮਾ ਨੇ ਰੱਬ ਜੀ ਨੇ ਜਿੰਦ ਦਿੱਤੀ ਹੈ, ਸਰੀਰ ਦਿੱਤਾ, ਪਿੰਡ ਸਰੀਰ ਦਿੱਤਾ, ਸੁੱਖ ਦੀਏ, ਜਿਹਨੇ ਸਾਰੇ ਸੰਸਾਰ ਦੀਆਂ ਦਾਤਾਂ ਦੇ ਕੇ ਮੈਨੂੰ ਸੁੱਖ ਦੇ ਕੇ ਨਿਵਾਜਿਆ, ਤਾਂ ਹੀ ਨਾ ਜਾਣਤ ਤਤ। ਸਤਿਗੁਰ ਕਹਿੰਦੇ ਨੇ ਮੇਰੇ ਦਾਤਾ ਜੀ, ਉਸ ਪਰਮਾਤਮਾ ਨੂੰ ਜਿਹੜਾ ਅਸਲ ਤਤ ਹੈ, ਉਸ ਮਾਲਕ ਨੂੰ ਮੈਂ ਕਦੀ ਵੀ ਜਾਣਿਆ ਹੀ ਨਹੀਂ, ਉਹਦੇ ਨਾਲ ਕਦੀ ਮੈਂ ਆਪਣੇ ਜੀਵਨ ਵਿੱਚ ਸਾਂਝ ਬਣਾਈ ਨਹੀਂ। ਲਾਹ ਮਾਇਆ ਕਾਰਨੇ ਦਹ ਦਿਸ ਢੂੰਡਨ ਜਾਏ, ਦੇਵਨ ਹਾਰ ਦਾਤਾਰ ਪ੍ਰਭ ਨਿਮਖ ਨ ਮਨ ਹੈ ਬਸਾਏ। ਲਾਹ ਮਾਇਆ ਕਾਰਨੇ, ਲਾਹ ਲਾਭ, ਮਾਇਆ ਦੇ ਲਾਭ ਲਈ, ਮਾਇਆ ਜ਼ਰੂਰਤ ਹੈ, ਉਹਦੇ ਅੰਦਰ ਹਰ ਚੀਜ਼ ਆ ਜਾਂਦੀ ਹੈ ਜੋ ਵੀ ਹੈ ਸੰਸਾਰ ਦੇ ਅੰਦਰ। ਵੈਸੇ ਮਾਇਆ ਦੀ ਡੈਫੀਨੇਸ਼ਨ ਬਾਣੀ ਨੇ ਦਿੱਤੀ ਹੈ, ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਹ ਚੀਜ਼ ਜਿਹਦੇ ਨਾਲ ਰੱਬ ਵਿਸਰਦਾ, ਉਹ ਇੱਕ ਮਾਇਆ ਦਾ ਰੂਪ ਹੈ। ਇਹਦੇ ਰੂਪ ਬੜੇ ਨੇ ਸੰਸਾਰ ਵਿੱਚ, ਕਰੰਸੀ ਵੀ ਇਹਦਾ ਇੱਕ ਰੂਪ ਹੈ, ਪਰ ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਦੌੜ ਹੈ ਨਾ, ਜਿਹੜਾ ਪਿਆਰ ਹੈ ਬੰਦੇ ਦਾ, ਉਹ ਇਸ ਕਰੰਸੀ ਦੇ ਨਾਲ ਹੈ। ਇਹਦੇ ਅੱਗੇ ਰਿਸ਼ਤੇ ਵੀ ਫਿੱਕੇ ਹੋ ਗਏ, ਇਹਦੇ ਅੰਦਰ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ, ਇਹਦੇ ਨਾਲ ਜੁੜ ਕੇ ਸੰਸਾਰ ਦੇ ਦੁੱਖ ਸਹੇੜ ਲਏ। ਪਰ ਪਾਤਸ਼ਾਹ ਜੀ ਕਹਿੰਦੇ ਨੇ ਦਾਤਾ ਜੀ, ਲਾਹ ਮਾਇਆ ਕਾਰਨੇ, ਇਸ ਮਾਇਆ ਦੇ ਲਾਭ ਦੇ ਲਈ ਦਹ ਦਿਸ ਢੂੰਡਣ ਜਾਏ, ਮੈਂ ਦਸਾਂ ਦਿਸ਼ਾਵਾਂ ਦੇ ਵਿੱਚ ਇਹਨੂੰ ਢੂੰਡਣ ਦੇ ਲਈ, ਇਹਦੀ ਪ੍ਰਾਪਤੀ ਦੇ ਲਈ ਯਤਨਸ਼ੀਲ ਹਾਂ, ਤੁਰਿਆ ਫਿਰਦਾ ਹਾਂ। ਦੇਵਨ ਹਾਰ ਦਾ ਤਾਰ ਪ੍ਰਭ, ਪਰ ਜਿਹੜਾ ਦੇਨ ਹਾਰ ਹੈ, ਕੋਈ ਵੀ ਚੀਜ਼ ਹੈ ਸਾਧ ਸੰਗਤ ਜੀ, ਜਦੋਂ ਤੁਸੀਂ ਉਹਦੀ ਉਹਦੇ ਰੂਟ ਵਿੱਚ ਜਾਓਗੇ ਨਾ, ਜੜ੍ਹ ਵਿੱਚ ਜਾਓਗੇ, ਅਤੇ ਉਹ ਜੜ੍ਹ ਕੀ ਹੈ, ਉਹ ਜੜ੍ਹ ਤੁਹਾਨੂੰ ਸਮਝ ਆਏਗੀ ਵੀ ਉਹ ਦੇਣ ਕੁਦਰਤ ਦੀ ਹੈ, ਅਤੇ ਜਿਹੜੀ ਦੇਣ ਕੁਦਰਤ ਦੀ ਹੈ, ਮੇਰੇ ਸਤਿਗੁਰ ਕਹਿੰਦੇ ਨੇ ਕੁਦਰਤ ਨੂੰ ਸਾਜਣ ਵਾਲਾ ਉਹ ਕਰਤਾ ਹੈ, ਉਹਨੇ ਸਾਜਿਆ ਨਾ। ਭਗਤ ਨਾਮਦੇਵ ਜੀ ਦੇ ਬਚਨ ਪੜ੍ਹਦੇ ਹੋ ਤੁਸੀਂ, ਭਗਤ ਜੀ ਕਹਿੰਦੇ ਨੇ ਪਹਿਲ ਪੁਰ ਸਾਬਿਰਾ,
ਅਥੋਨ ਪੁਰਸਾ ਦਮਰਾ ਅਸ ਗਾ ਅਸ ਉਸ ਗਾ ਹਰ ਕਾ ਬਾਗਰਾ। ਇਹ ਸਾਜਨ ਵਾਲਾ ਕਰਤਾ ਹੈ, ਇਸ ਕ੍ਰੀਏਟਰ ਉਹ ਪਰਮਾਤਮਾ ਆਪ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਜਿਹੜਾ ਦੇਣਹਾਰ ਸੀ ਉਹਨੂੰ ਅਸੀਂ ਵਿਸਾਰ ਦਿੱਤਾ, ਭੁਲਾ ਦਿੱਤਾ। ਦੇਣਹਾਰ ਦਾ ਤਾਰ ਪ੍ਰਭ, ਪ੍ਰਭੂ ਦਾਤਾ ਸੀ ਜਿਹੜਾ ਦੇਣਹਾਰ ਸੀ। ਪ੍ਰਭ ਨਿਮਖ ਨਾ ਮਨੇ ਵਸਾਏ, ਇੱਕ ਨਿਮਖ ਮਾਤਰ ਸਮੇਂ ਲਈ ਵੀ ਉਸ ਨੂੰ ਆਪਣੇ ਮਨ ਵਿੱਚ ਨਹੀਂ ਵਸਾਇਆ। ਲਾਲਚ ਝੂਠ ਵਿਕਾਰ ਮੋਹ ਇਆ ਸੰਪੈ ਮਨ ਮਾਏ, ਲੰਪਟ ਚੋਰ ਨਿੰਦਕ ਮਹਾ ਤਿਨਹੂੰ ਸੰਗ ਬਿਹਾਏ। ਪਾਤਸ਼ਾਹ ਕਹਿੰਦੇ ਨੇ ਮੈਂ ਲਾਲਚ ਵਿੱਚ ਅਟਿਆ ਹੋਇਆ, ਹਰ ਚੀਜ਼ ਮੇਰੀ ਲਾਲਚ 'ਤੇ ਖੜੀ, ਇੰਨਾ ਗਰੀਡੀ ਹੋ ਗਿਆ ਮੈਂ ਦਾਤਾ ਜੀ, ਹਰ ਚੀਜ਼ ਵਿੱਚੋਂ ਮੈਂ ਆਪਣਾ ਮਤਲਬ ਲੱਭਣਾ ਹੁਣ ਹਰ ਚੀਜ਼ ਵਿੱਚੋਂ। ਲਾਲਚ ਝੂਠ, ਮੈਂ ਝੂਠ ਦੇ ਨਾਲ ਭਰਿਆ ਹੋਇਆ, ਬਹੁਤ ਝੂਠ। ਜੀਵਨ ਦੇ ਸੂਰਜ ਨਿਕਲਣ ਤੋਂ ਲੈ ਕੇ ਰਾਤ ਸੌਣ ਤੱਕ ਅਨੇਕਾਂ ਝੂਠ ਬੋਲਦਾ ਹਾਂ। ਲਾਲਚ ਝੂਠ ਵਿਕਾਰ, ਅਨੇਕਾਂ ਤਰ੍ਹਾਂ ਦੇ ਵਿਕਾਰ ਆਪਣੇ ਜੀਵਨ ਵਿੱਚ ਕਮਾਉਂਦਾ ਹਾਂ। ਸਤਿਗੁਰੂ ਜੀ ਮੋਹ ਹੈ, ਇਹਨਾਂ ਚੀਜ਼ਾਂ ਸਾਰਿਆਂ ਦਾ ਮੇਰੇ ਅੰਦਰ ਮੋਹ ਹੈ। ਮੈਂ ਲਾਲਚ ਕਰਨਾ ਮੋਹ ਵਿੱਚ ਪੈ ਕੇ, ਆਖਰ ਨੂੰ ਜਿੰਨੀਆਂ ਚੀਜ਼ਾਂ ਨੇ ਨਾ, ਇਹਨਾਂ ਸਾਰੀਆਂ ਦੇ ਪਿੱਛੇ ਕਰਮ ਕੀ ਕਰਦਾ ਹੈ? ਮੋਹ। ਕਿਸੇ ਚੀਜ਼ ਨਾਲ ਜਦੋਂ ਸਾਡਾ ਮੋਹ ਬਣ ਜਾਏ, ਹੁਣ ਪਰਿਵਾਰ ਨਾਲ ਮੋਹ ਹੈ, ਬੱਚਿਆਂ ਨਾਲ ਮੋਹ ਹੈ, ਬੰਦਾ ਕਹਿੰਦਾ ਮੇਰੇ ਬੱਚਿਆਂ ਨੂੰ ਸੁੱਖ ਮਿਲੇ, ਸੰਸਾਰ ਦੀਆਂ ਸਾਰੀਆਂ ਜਿੰਨੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ ਪੂਰੀਆਂ ਹੋਣ, ਪਰ ਜਦੋਂ ਉਹ ਜ਼ਰੂਰਤਾਂ ਨੂੰ ਪੂਰਨ ਕਰਨ ਦੇ ਲਈ ਯਤਨ ਕਰਦਾ, ਫਿਰ ਉਹਦੇ ਸਾਹਮਣੇ ਲਾਲਚ ਆ ਜਾਂਦਾ। ਲਾਲਚ ਕਰਦਾ ਨਾ ਫਿਰ ਚੀਜ਼ਾਂ ਦਾ, ਉਸ ਲਾਲਚ ਲਈ ਝੂਠ ਵੀ ਬੋਲਦਾ। ਦਾਤਾਰ ਪਿਤਾ ਕਹਿੰਦੇ ਨੇ ਉਹਦੇ ਲਈ ਫਿਰ ਐਬ ਵੀ ਕਮਾਉਂਦਾ। ਬੜੀਆਂ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ, ਇਹ ਸਤਿਗੁਰ ਕਹਿੰਦੇ ਨੇ ਮੋਹ ਤੋਂ ਸ਼ੁਰੂ ਹੁੰਦੀਆਂ ਨੇ। ਲਾਲਚ ਝੂਠ ਵਿਕਾਰ ਮੋਹ, ਮੋਹ ਵਸ ਹੋ ਕੇ ਲਾਲਚ ਨਾਲ ਜੁੜਿਆ, ਝੂਠ ਨਾਲ ਜੁੜਿਆ, ਵਿਕਾਰਾਂ ਨਾਲ ਜੁੜਿਆ। ਆ ਸੰਪੈ ਮਨ ਮਾਹੇ, ਇਹ ਜਿਹੜੀ ਪੂੰਜੀ ਸੀ ਇਹਨਾਂ ਦੀ, ਲਾਲਚ ਦੀ ਪੂੰਜੀ, ਝੂਠ ਦੀ ਪੂੰਜੀ, ਸਤਿਗੁਰ ਕਹਿੰਦੇ ਨੇ ਵਿਕਾਰਾਂ ਦੀ ਪੂੰਜੀ, ਇਹ ਪੂੰਜੀ ਮੇਰੇ ਦਾਤਾ ਜੀ ਕਹਿੰਦੇ ਨੇ ਮੈਂ ਆਪਣੇ ਮਨ ਵਿੱਚ ਇਕੱਠੀ ਕਰਦਾ ਰਿਹਾ, ਮੈਂ ਆਪਣੇ ਅੰਦਰ ਇਕੱਠੀ ਕਰਦਾ ਰਿਹਾ, ਭਾਵ ਹੋਰ ਹੋਰ ਇਹਨਾਂ ਦੇ ਨਾਲ ਜੁੜਦਾ ਰਿਹਾ। ਸੋਚਣਾ ਸਾਂ ਵੀ ਅੱਜ ਕੀਤਾ ਕੱਲ੍ਹ ਨਹੀਂ ਕਰਨਾ, ਪਰ ਜਦੋਂ ਅਗਲਾ ਦਿਨ ਚੜ੍ਹਿਆ ਮਾਨਸਿਕਤਾ ਉਸ ਤੋਂ ਵੀ ਨੀਵੀਂ ਚਲੀ ਗਈ, ਕਿਉਂਕਿ ਕੱਲ੍ਹ ਕੀਤਾ ਸੀ ਜਿਹੜਾ ਉਹ ਥੋੜ੍ਹੇ ਲਈ ਸੀ, ਅੱਜ ਲਾਲਚ ਹੋਰ ਹੋ ਗਿਆ। ਕੱਲ੍ਹ ਛੋਟਾ ਝੂਠ ਬੋਲਿਆ ਸੀ ਉਹਦੇ ਲਈ, ਅੱਜ ਉਸ ਤੋਂ ਵੱਡਾ ਝੂਠ ਬੋਲਿਆ। ਕਿਉਂ? ਕਿਉਂਕਿ ਇਹ ਸਾਰੀਆਂ ਚੀਜ਼ਾਂ ਮਾਇਕ ਰੂਪ ਵਿੱਚ ਮੇਰੇ ਅੰਦਰ ਪਨਪ ਗਈਆਂ, ਮੇਰੇ ਮਨ ਵਿੱਚ ਨੇ। ਲੰਪਟ ਚੋਰ ਨਿੰਦਕ ਮਹਾਂ, ਮਹਾਂ ਸ਼ਬਦ ਜਿਹੜਾ ਨਾ, ਜਿਵੇਂ ਦਿਲੀ ਦੀਪਕ ਸ਼ਬਦ ਹੁੰਦਾ ਨਾ ਵਿਆਕਰਨ ਦੇ ਅੰਦਰ, ਉਹ ਦੋ ਪਾਸਿਆਂ ਨਾਲ ਜੁੜਦਾ, ਅੱਗੇ ਸ਼ਬਦ ਪਿੱਛੇ ਸ਼ਬਦ। ਹੁਣ ਇੱਥੇ ਮਹਾਂ ਸ਼ਬਦ ਜਿਹੜਾ, ਲੰਪਟ ਮਹਾਂ, ਚੋਰ ਮਹਾਂ, ਨਿੰਦਕ ਮਹਾਂ, ਇਹਦਾ ਮਤਲਬ ਹੈ ਸਤਿਗੁਰੂ ਜੀ ਮੈਂ ਬਹੁਤ ਵੱਡਾ ਸੰਸਾਰ ਦੇ ਅੰਦਰ ਵਿਸ਼ਈ ਹਾਂ, ਵਿਸ਼ੇ ਭੋਗਣ ਵਾਲਾ। ਹੇ ਦਾਤਾ ਜੀ ਚੋਰ ਹਾਂ ਮੈਂ ਬਹੁਤ ਵੱਡਾ, ਮਹਾਂ ਮਹਾਂ ਦਾ ਮਤਲਬ ਹੈ ਬਹੁਤ ਵੱਡਾ। ਸਤਿਗੁਰੂ ਜੀ ਮੈਂ ਬਹੁਤ ਨਿੰਦਾ ਕਰਨ ਵਾਲਾ, ਤਿੰਨਹੂੰ ਸੰਗ ਬਿਹਾਏ, ਅਤੇ ਇੰਨੀ ਇਹਨਾਂ ਦੀ ਸੰਗਤ ਕਰਨਾ ਕਿ ਮੇਰਾ ਸਾਰਾ ਜੀਵਨ ਇਹਨਾਂ ਦੀ ਸੰਗਤ ਦੇ ਵਿੱਚ ਬਤੀਤ ਹੋ ਰਿਹਾ ਹੈ। ਤੁਧ ਪਾਵੇ ਤਾਂ ਬਖਸ਼ ਲੈ, ਖੋਟੇ ਸੰਗ ਖਰੇ
ਨਾਨਕ ਪਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ। ਹੇ ਦਾਤਾ, ਜੇ ਤੈਨੂੰ ਪਾ ਜਾਏ, ਤੁਧ ਪਾਵੈ ਤਾਂ ਬਖਸ਼ ਲੈ। ਕੱਲ ਵੀ ਬੇਨਤੀ ਕੀਤੀ ਸੀ ਵੀ ਡਿਪੈਂਡ ਉਹਦੇ 'ਤੇ ਹੈ ਜਿਹਦੇ ਅੱਗੇ ਤੁਸੀਂ ਖੜ੍ਹੇ ਹੋਏ ਹੋ। ਤੁਸੀਂ ਉਹਨੂੰ ਪਾਏ ਹੋ ਅਤੇ ਉਹਦੀ ਨਿਗਾਹ ਦੇ ਵਿੱਚ ਤੁਹਾਡੀ ਇਮੇਜ ਕੁਝ ਹੋਰ ਹੋਏਗੀ। ਤੁਸੀਂ ਉਹਨੂੰ ਨਹੀਂ ਪਾਏ ਤਾਂ ਤੁਹਾਡੀ ਇਮੇਜ ਕੁਝ ਹੋਰ ਹੋਏਗੀ। ਹੁਣ ਉਹਨੂੰ ਪਾਉਣ ਦੇ ਲਈ ਸਭ ਤੋਂ ਪਹਿਲਾਂ ਕਰਮ ਹੈ ਵੀ ਮੈਂ ਆਪਣੇ ਕੀਤੇ ਗੁਣਾਂ ਉਹਦੇ ਅੱਗੇ ਸਵੀਕਾਰ ਕਰ ਲਵਾਂ। ਕੀਤੇ ਆ ਨਾ, ਸਤਿਗੁਰ ਕਹਿ ਰਹੇ ਨੇ, ਮੇਰੇ ਮਾਲਕ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ, ਸਭ ਕਹਿੰਦੇ ਨੇ, ਦਾਤਾ ਮੈਂ ਲੂਣ ਹਰਾਮੀ ਹਾਂ, ਮੈਂ ਝੂਠ ਬੋਲਣ ਵਾਲਾ ਹਾਂ, ਮੈਂ ਸਤਿਗੁਰ ਜੀ ਸੰਸਾਰ ਦੇ ਪਦਾਰਥਾਂ ਦੇ ਵਿੱਚ ਗ੍ਰਸਿਆ ਹੋਇਆ, ਨਿੰਦਾ ਕਰਨ ਵਾਲਾ ਹਾਂ, ਚੋਰ ਹਾਂ, ਲੰਪਟ ਹਾਂ, ਇਹ ਸਾਰੇ ਸ਼ਬਦ ਵਰਤੇ ਨਾ ਸਤਿਗੁਰ ਨੇ। ਪਾਤਸ਼ਾਹ ਕਹਿੰਦੇ ਨੇ, ਉਸ ਮਾਲਕ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰ, ਤੁਧ ਪਾਵੈ ਤਾਂ ਬਖਸ਼ ਲੈ। ਸਤਿਗੁਰ ਜੀ, ਜੇ ਮੈਂ ਤੈਨੂੰ ਪਾ ਜਾਵਾਂ ਤਾਂ ਬਖਸ਼ਿਆ ਜਾਵਾਂਗਾ। ਇਹਦਾ ਮਤਲਬ ਹੈ ਹੁਣ ਮੈਨੂੰ ਉਹ ਕਰਮ ਕਰਨ ਦੀ ਜ਼ਰੂਰਤ ਹੈ ਜਿਹੜੇ ਕਰਮ ਉਹਦੀ ਨਿਗਾਹ ਵਿੱਚ ਚੰਗੇ ਹੋਣ। ਪਾਣਾ ਹੈ ਨਾ, ਉਹਨੂੰ ਚੰਗਾ ਲੱਗਣਾ ਹੈ ਨਾ। ਜੇ ਮੈਂ ਉਹਨੂੰ ਚੰਗਾ ਲੱਗਣਾ ਹੈ ਤਾਂ ਮੈਨੂੰ ਉਹ ਕਰਨਾ ਪਏਗਾ ਜੋ ਚਾਹੁੰਦਾ, ਜੋ ਉਹ ਉਹਦਾ ਹੁਕਮ ਹੈ। ਸਤਿਗੁਰੂ ਜੀ ਕਹਿੰਦੇ ਨੇ, ਤੁਧ ਪਾਵੈ ਤਾਂ ਬਖਸ਼ ਲੈ। ਸਤਿਗੁਰ, ਜਦੋਂ ਤੈਨੂੰ ਕੋਈ ਪਾ ਜਾਂਦਾ, ਕੋਈ ਤੇਰੇ ਹੁਕਮ ਵਿੱਚ ਰਹਿ ਕੇ ਕਰਮ ਕਰਦਾ, ਤੂੰ ਉਹਨੂੰ ਬਖਸ਼ ਲੈਂਦਾ, ਫਿਰ ਖੋਟੇ ਸੰਗ ਖਰੇ। ਸਤਿਗੁਰੂ, ਖੋਟਿਆਂ ਨੂੰ ਤੂੰ ਖਰਿਆਂ ਦੀ ਸੰਗਤ ਦੇ ਕੇ ਖਰਾ ਕਰ ਲੈਂਦਾ। ਧਿਆਨ ਦੇਣਾ, ਖਰਿਆਂ ਨੂੰ। ਕੋਈ ਸੰਸਾਰਿਕ ਕਰੰਸੀ ਹੋਵੇ ਨਾ, ਖੋਟਾ ਸਿੱਕਾ, ਉਹਨੂੰ ਤੁਸੀਂ ਖਰਿਆਂ ਦੇ ਅੰਦਰ ਜਿਹੜੀ ਕਰੰਸੀ ਚੱਲਦੀ ਉਹਦੇ ਵਿੱਚ ਰੱਖਦੇ ਹੋ, ਉਹ ਭਾਵੇਂ ਸਾਲਾਂ ਬੱਧੀ ਪਈ ਰਹੇ, ਉਹ ਬਦਲੇਗੀ ਨਹੀਂ, ਖੋਟਾ ਖੋਟਾ ਹੀ ਰਹੇਗਾ। ਪਰ ਸਤਿਗੁਰ ਕਹਿੰਦੇ ਨੇ, ਦਾਤਾ ਜੀ ਤੁਸੀਂ ਕਿਰਪਾ ਕਰਦੇ ਹੋ, ਜਿਹੜੀ ਅੰਦਰ ਦੀ ਖੋਟ ਹੈ, ਖੋਟ ਕੀ ਹੈ? ਅਵਗੁਣ ਨੇ। ਆ ਜਿਹੜੇ ਸਤਿਗੁਰ ਨੇ ਇਸ ਤੋਂ ਪਹਿਲਾਂ ਬਿਆਨ ਕੀਤੇ ਨੇ, ਇਹ ਅਵਗੁਣ ਖੋਟ ਹੈ ਮੇਰੇ ਅੰਦਰ। ਜਿਵੇਂ ਸੋਨਾ ਖੋਟ ਹੋਵੇ ਨਾ, ਉਹਦੇ ਅੰਦਰ ਅੱਗ 'ਤੇ ਰੱਖੋ, ਖੋਟ ਸੜ ਜਾਂਦੀ ਹੈ, ਖਰਾ ਸੋਨਾ ਖਰਾ ਹੋ ਜਾਂਦਾ ਹੈ। ਦਾਤਾ ਜੀ, ਤੁਹਾਡਾ ਉਪਦੇਸ਼ ਉਹ ਅਗਨ ਹੈ ਜਿਹਦੇ ਉੱਤੇ ਮੈਂ ਆਪਣੇ ਆਪ ਨੂੰ ਕਸਵੱਟੀ ਦੇ ਤੌਰ 'ਤੇ ਲਾਉਣਾ, ਤਾਂ ਕਿ ਮੇਰੇ ਅੰਦਰ ਦੇ ਜਿਹੜੇ ਅਵਗੁਣ ਨੇ, ਖੋਟ ਹੈ, ਖਤਮ ਹੋ ਜਾਏ। ਇਸੇ ਕਰਕੇ ਸਤਿਗੁਰ ਕਹਿੰਦੇ ਨੇ, ਤੁਧ ਪਾਵੈ ਤਾਂ ਬਖਸ਼ ਲੈ। ਸਤਿਗੁਰ, ਜੇ ਤੈਨੂੰ ਪਾਏ ਤੂੰ ਬਖਸ਼ ਲੈਂਦਾ, ਪਰ ਜਿਨ੍ਹਾਂ ਨੂੰ ਤੂੰ ਬਖਸ਼ਣਾ ਉਹਨਾਂ ਨੂੰ, ਖੋਟਿਆਂ ਨੂੰ ਤੂੰ ਖਰੇ ਕਰ ਦਿੰਦਾ। ਇਹ ਸਮਰੱਥਾ ਤੇਰੇ ਕੋਲੋਂ, ਇਹ ਤਾਕਤ ਤੇਰੇ ਕੋਲੋਂ ਹੈ। ਨਾਨਕ ਪਾਵੈ ਪਾਰ ਬ੍ਰਹਮ। ਹੇ ਨਾਨਕ ਜੀ, ਜੇ ਪਰਮਾਤਮਾ ਨੂੰ ਪਾ ਜਾਏ, ਪਾਹਨ ਨੀਰ ਤਰੇ। ਜਿਹੜੇ ਪੱਥਰ ਵਰਗੇ ਕਠੋਰ ਹਿਰਦੇ ਵਾਲੇ ਵੀ ਸੀ ਨਾ, ਜਿਨ੍ਹਾਂ ਬਾਬਤ ਕਦੀ ਨਹੀਂ ਸੀ ਸੋਚਿਆ ਜਾਂ ਕਿਸੇ ਨੇ ਕਿਹਾ ਵੀ ਇਹ ਵੀ ਬੰਦਾ ਸੁਧਰ ਜਾਏਗਾ, ਸਤਿਗੁਰੂ ਜੀ ਤੁਹਾਡਾ ਤਰਸ ਹੋਵੇ ਨਾ। ਪੱਥਰਾਂ ਵਰਗੇ ਕਠੋਰ ਹਿਰਦੇ ਵਾਲੇ ਵੀ ਦਾਤਾਰ ਪਿਤਾ ਜੀ ਪਾਣੀ ਵਿੱਚੋਂ ਤਰ ਜਾਂਦੇ ਨੇ, ਭਾਵ ਉਹਨਾਂ ਨੂੰ ਵੀ ਜੀਵਨ ਜਿਉਣ ਦੀ ਸਮਝ ਆ ਜਾਂਦੀ ਹੈ। ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਪਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਸਭ ਕਹਿੰਦੇ ਨੇ, ਦਾਤਾ ਜੀ ਮਾਇਆ ਦੇ ਪਦਾਰਥਾਂ ਦੀ ਐਸੀ ਖਿੱਚ ਹੈ ਸਾਡੇ ਜੀਵਨ ਅੰਦਰ, ਖਾਣ ਪੀਣ ਖੇਡਦਿਆਂ ਹੱਸਦਿਆਂ ਇਹਨਾਂ ਚੀਜ਼ਾਂ ਦੇ ਵਿੱਚ ਸਤਿਗੁਰੂ ਜੀ ਪਤਾ ਨਹੀਂ ਅਸੀਂ ਕਿੰਨੇ ਜਨਮ ਭਰਮੇ ਜਨਮ ਅਨੇਕ ਅਨੇਕਾਂ ਜਨਮ।
ਹੁਣ ਬਾਣੀ ਦੇ ਅੰਦਰ ਜਨਮਾਂ ਦੀ ਜਦੋਂ ਗੱਲ ਆਈ ਹੈ ਨਾ, ਇਹਨੂੰ ਦੋ ਭਾਵਾਂ ਵਿੱਚ ਸਤਿਗੁਰ ਨੇ ਬਿਆਨ ਕੀਤਾ ਬਾਣੀ ਵਿੱਚ। ਇੱਕ ਜਨਮ ਉਹ ਨੇ ਜਿਹੜੇ ਆਪਾਂ ਮਨੁੱਖਾ ਜੀਵਨ ਦੇ ਅੰਦਰ ਰਹਿ ਕੇ ਕਮਾ ਰਹੇ ਹਾਂ, ਉਹਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਤੁਸੀਂ ਜਦੋਂ ਸਲੋਕ ਸੰਸਕ੍ਰਿਤ ਪੜ੍ਹਦੇ ਹੋ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਗੁਰ ਮੰਤਰ ਹੀਣਸਿਆ ਜੋ ਪ੍ਰਾਣੀ, ਜਿਹੜਾ ਗੁਰੂ ਦੇ ਉਪਦੇਸ਼ ਤੋਂ ਹੀਣਾ ਹੈ, ਮਤਲਬ ਗੁਰੂ ਦੇ ਹੁਕਮ ਤੋਂ ਹੀਣਾ ਹੈ, ਗੁਰਮੰਤਰ ਹੀਣਸਿਆ ਜੋ ਪ੍ਰਾਣੀ ਤ੍ਰਿਗੰਤ ਜਨਮ, ਤ੍ਰਿਗੰਤ ਜਨਮ ਪ੍ਰਸ਼ਨ ਹੈ, ਉਹਦੇ ਜਨਮ ਜਿਹੜੇ ਨੇ ਭ੍ਰਿਸ਼ਟ ਹੋ ਜਾਂਦਾ ਹੈ। ਕਿਵੇਂ? ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕੁਕਰਹਿ ਸੁਕਰਹਿ ਕਾਕਹਿ ਸਰਪਨੈ ਗਰਦਬੈ ਤੁਲਖਲੈ। ਹੁਣ ਸਤਿਗੁਰ ਜੀ ਗੱਲ ਕਰ ਰਹੇ ਨੇ ਪਸ਼ੂ ਪੰਛੀਆਂ ਦੀ, ਕਾਂ ਦੀ, ਗਧੇ ਦੀ। ਸਤਿਗੁਰ ਪਾਤਸ਼ਾਹ ਜੀ ਗੱਲ ਇਹਨਾਂ ਪਸ਼ੂਆਂ ਦੀ ਕਰ ਰਹੇ ਨੇ, ਪੰਛੀਆਂ ਦੀ ਕਰ, ਪਰ ਸਮਝਾ ਸਾਨੂੰ ਰਹੇ ਨੇ ਪਾਤਸ਼ਾਹ। ਕਹਿੰਦੇ ਨੇ ਦੇਖ ਆਪਣੇ ਅੰਦਰ ਝਾਤ ਮਾਰ ਕੇ, ਇਹਨਾਂ ਜੀਵਾਂ ਦੇ ਅੰਦਰ ਇੱਕ ਇੱਕ ਐਬ ਹੈ। ਪਾਤਸ਼ਾਹ ਕਹਿੰਦੇ ਨੇ ਇਹ ਜਿੰਨੇ ਵੀ ਨੇ ਖੱਗ ਮੀਨ ਪਿਰੰਗ ਪ੍ਰੰਗ ਕੁੰਚਰ ਏਕ ਦੋਖ ਵਿਨਾਸ਼, ਇਹਨਾਂ ਦੇ ਅੰਦਰ ਇੱਕ ਇੱਕ ਦੋਖ ਹੈ। ਬਾਂਦਰ ਦੇ ਅੰਦਰ ਹੈ ਨਾ ਲਾਲਚ, ਉਹ ਜਿਹੜਾ ਫੜਨ ਵਾਲਾ ਹੈ ਕੁੱਜੇ ਦੇ ਅੰਦਰ ਪਾ ਕੇ ਛੋਲੇ ਰੱਖ ਦਿੰਦਾ, ਆਕਾਰ ਐਸਾ ਹੁੰਦਾ ਵੀ ਹੱਥ ਪਾ ਲੈਂਦਾ, ਮੁੱਠ ਭਰਦੀ ਬਾਹਰ ਨਹੀਂ ਨਿਕਲਦੀ, ਪਰ ਛੱਡਦਾ ਵੀ ਨਹੀਂ। ਸਤਿਗੁਰ ਕਹਿੰਦੇ ਨੇ ਇਹਨਾਂ ਦੇ ਅੰਦਰ ਇੱਕ ਇੱਕ ਹੈ, ਅਸੀਂ ਇਹਨਾਂ ਦੇ ਬਿਰਤੀਆਂ ਵਾਲਾ ਜੀਵਨ ਜੀ ਰਹੇ ਹਾਂ, ਸਿਰਫ ਇੱਕ ਇੱਕ ਨਹੀਂ। ਪਾਤਸ਼ਾਹ ਕਹਿੰਦੇ ਨੇ ਪੰਚ ਦੋਖ ਅਸਾਧਨ ਹੈ, ਸਾਡੇ ਅੰਦਰ ਤਾਂ ਪੰਜ ਦੇ ਪੰਜ ਬੈਠੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਸਾਹਿਬ ਕਹਿੰਦੇ ਨੇ ਤਾਂ ਕੀ ਕਿਤਕ ਕਾਸ, ਬੰਦਿਆ ਤੂੰ ਕਿਵੇਂ ਬਚੇਗਾ, ਤੇਰੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨੇ ਦਾਤਾ ਜੀ ਭਰਮੇ ਜਨਮ ਅਨੇਕ, ਪਤਾ ਨਹੀਂ ਸਤਿਗੁਰ ਜੀ ਅਸੀਂ ਕਿੰਨੇ ਕੁ ਜਨਮ ਭਟਕੇ ਹਾਂ। ਇਹ ਸਤਿਗੁਰ ਜੀ ਬੇਨਤੀ ਕਰ ਰਹੇ ਨੇ ਦਾਤੇ ਦੇ ਚਰਨਾਂ ਵਿੱਚ, ਸਤਿਗੁਰ ਜੀ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੇ ਜਨਮ, ਬਹੁਤ ਜਨਮ ਵਿਛੜੇ ਤੇ, ਮੱਧ ਉਹ ਜਨਮ ਤੁਹਾਰੇ। ਸਤਿਗੁਰ ਜੀ ਬੜੇ ਜਨਮ ਪਰ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ। ਸਤਿਗੁਰ ਜੀ ਸਾਨੂੰ ਭਵਜਲ ਵਿੱਚ ਡੁੱਬਿਆ। ਭਵਜਲ ਕੀ ਹੈ ਸਾਡੇ ਅੰਦਰ? ਜਿਹੜੀ ਸਾਡੀ ਮਤ ਦੀ ਅੰਦਰ ਡੁਐਲਿਟੀ ਹੈ ਇਹ ਭਵਜਲ ਹੈ। ਜਿਹੜੀ ਥਿਰ ਨਹੀਂ ਨਾ ਹੁੰਦੀ, ਬਾਣੀ ਪੜ੍ਹਾਂ ਸਮਝਾਂ ਉਹਦੇ ਮੁਤਾਬਕ ਜੀਵਾਂ, ਇਹ ਵੀ ਮਨ ਕਹਿੰਦਾ, ਫਿਰ ਜਦੋਂ ਸੰਸਾਰ ਨੂੰ ਵੇਖਣਾ ਸੰਸਾਰ ਦੀ ਰੰਗਤ ਵੀ ਚੜ੍ਹ ਜਾਂਦੀ ਹੈ, ਬੰਦਾ ਡੁਐਲਿਟੀ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ, ਕਿਸੇ ਨੇ ਆਖਿਆ ਵੀ ਸਭ ਕੁਝ ਇੱਥੇ ਹੈ, ਦੋ ਚਾਰ ਦਿਨ 10 ਦਿਨ ਆਇਆ, ਸਮਝ ਮੰਗਿਆ ਗੁਰੂ ਕੋਲੋਂ। ਹੁਣ ਉਹ ਚੀਜ਼ ਦਾ ਅਜੇ ਜੇ ਮਾਲਕ ਨੇ ਉਹ ਚੀਜ਼ ਤੈਨੂੰ ਦੇਣੀ ਹੈ, ਜਿਉਂ ਦਾ ਅਜੇ ਸਮਾਂ ਨਹੀਂ ਬਣਿਆ, ਫਿਰ ਬੰਦਾ ਕਹਿੰਦਾ ਨਹੀਂ ਇੱਥੋਂ ਨਹੀਂ ਮਿਲਿਆ, ਹੁਣ ਕਿਸੇ ਡੁਐਲਿਟੀ ਹੈ ਨਾ, ਦੁਬਧਾ ਹੈ। ਹੁਣ ਸਤਿਗੁਰ ਕਹਿੰਦੇ ਨੇ ਇਹ ਜਿਹੜਾ ਭਵਜਲ ਹੈ ਸਾਡੇ ਅੰਦਰ, ਜਿਹੜੀ ਡੁਐਲਿਟੀ ਦੁਬਧਾ ਹੈ, ਪਾਤਸ਼ਾਹ ਕਹਿੰਦੇ ਨਾਨਕ ਮੇਰੇ ਦਾਤਾ ਜੀ ਭਵਜਲ ਤੇ ਕਾਢੋ ਪ੍ਰਭੂ। ਸਤਿਗੁਰ ਜੀ ਤੁਸੀਂ ਕੱਢ ਸਕਦੇ ਹੋ ਉਹਦੇ ਵਿੱਚੋਂ, ਕਿਵੇਂ? ਆਪਣੇ ਗੁਣਾਂ ਦੀ ਦਾਤ ਦੇ ਕੇ, ਨਾਨਕ ਤੇਰੀ ਟੇਕ, ਹੇ ਨਾਨਕ ਜੀ ਅਰਦਾਸ ਕਰ ਸਤਿਗੁਰ ਦੇ ਚਰਨਾਂ ਵਿੱਚ ਕਿ ਮੇਰੇ ਮਾਲਕ ਜੀ ਸਾਨੂੰ ਤੇਰੀ ਟੇਕ ਹੈ, ਤੇਰਾ ਆਸਰਾ, ਤੇਰਾ ਹੀ ਸਹਾਰਾ ਹੈ। ਪੌੜੀ ਖੇਲਤ ਖੇਲਤ ਆਇਓ, ਅਨਕ ਜੋਨ ਦੁੱਖ ਪਾਏ, ਖੇਦ ਮਿਟੇ ਸਾਧੂ ਮਿਲਤ, ਸਤਿਗੁਰ ਬਚਨ ਸਮਾਏ। ਦਾਤਾ ਜੀ ਇਹਨਾਂ ਖੇਡਾਂ ਵਿੱਚ ਖੇਡਦਿਆਂ ਹੋਇਆਂ, ਮਾਇਕ ਪਦਾਰਥਾਂ ਦੀਆਂ ਖੇਡਾਂ ਵਿੱਚ ਖੇਡਦਿਆਂ, ਹੱਸਦਿਆਂ, ਖਾਂਦਿਆਂ, ਪੀਂਦਿਆਂ, ਆਇਓ ਅਨੇਕ ਜੋਨ ਦੁੱਖ ਪਾਏ, ਅਨੇਕਾਂ ਜੂਨਾਂ ਵਿੱਚੋਂ ਅਸੀਂ ਨਿਕਲੇ ਹਾਂ, ਹੁਣ ਉਹਨਾਂ ਦਾ ਸਾਨੂੰ ਪਤਾ ਨਹੀਂ।
ਉਹ ਚੀਜ਼ਾਂ ਸਾਡੀ ਇਮੈਜੀਨੇਸ਼ਨ ਵਿੱਚ ਨਹੀਂ ਹੈਗੀਆਂ। ਪਰ ਪਾਤਸ਼ਾਹ ਜੀ ਕਹਿੰਦੇ ਨੇ ਦਾਤਾ ਜੀ ਅਨੇਕਾਂ ਜੂਨਾਂ ਜਿਨ੍ਹਾਂ ਵਿੱਚ ਅਸੀਂ ਦੁੱਖ ਭੋਗਿਆ, ਖੇਦ ਮਿਟੇ ਸਾਧੂ ਮਿਲਤ। ਪਾਤਸ਼ਾਹ ਕਹਿੰਦੇ ਨੇ ਉਹ ਮਿਟ ਜਾਂਦੇ ਨੇ, ਉਹਨਾਂ ਦੀ ਜਿਹੜੀ ਜਿਹੜੀ ਅੰਦਰ ਸਿਮ੍ਰਿਤੀ ਵਿੱਚ ਬਣੀ ਹੋਈ ਯਾਦ ਹੈ ਉਹ ਖਤਮ ਹੋ ਜਾਂਦੀ। ਕਿਵੇਂ? ਜਦੋਂ ਗੁਰੂ ਮਿਲਦਾ, ਸਾਧੂ ਮਿਲਤ, ਜਦੋਂ ਗੁਰੂ ਮਿਲਦਾ, ਸਾਧੂ ਦਾ ਇੱਥੇ ਅਰਥ ਹੈ ਗੁਰੂ, ਜਦੋਂ ਗੁਰੂ ਮਿਲਦਾ, ਸਤਿਗੁਰ ਬਚਨ ਸਮਾਏ, ਫਿਰ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਸਤਿਗੁਰ ਦੇ ਬਚਨਾਂ ਵਿੱਚ, ਅਕਾਲ ਪੁਰਖ ਦੇ ਬਚਨਾਂ ਦੇ ਵਿੱਚ, ਉਹਦਾ ਬਚਨ ਕੀ ਹੈ? ਉਹਦਾ ਬਚਨ ਹੈ ਉਹਦਾ ਹੁਕਮ, ਜਿਹਨੂੰ ਸਾਹਿਬ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੇ ਵਿੱਚ ਸਮਾਣਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਮੈਂ ਉਹਦੇ ਵਿੱਚ ਸਮਾ ਜਾਵਾਂਗਾ। ਹੇ ਦਾਤਾ ਜੀ, ਖੇਦ ਮਿਟੇ ਸਾਧੂ ਮਿਲਤ, ਗੁਰੂ ਮਿਲਿਆ, ਜਦੋਂ ਗੁਰੂ ਮਿਲ ਗਿਆ, ਸਤਿਗੁਰ ਬਚਨ ਸਮਾਏ, ਫਿਰ ਮੈਂ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਉਪਦੇਸ਼ ਦੇ ਵਿੱਚ ਇੱਕ ਮਿੱਕ ਹੋ ਗਿਆ। ਖਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਪਈ, ਆਨੰਦ ਸੁਖ ਬਿਸਰਾਮ। ਖਿਮਾ ਗਹੀ, ਫਿਰ ਮੈਂ ਆਪਣੇ ਸਤਿਗੁਰ ਦੇ ਚਰਨਾਂ ਵਿੱਚੋਂ ਦੇ ਹੁਕਮ ਨੂੰ ਸਮਝ ਕੇ, ਖਿਮਾ ਗਹੀ, ਗਹੀ ਦਾ ਮਤਲਬ ਹੁੰਦਾ ਪਕੜਨਾ ਕਿਸੇ ਚੀਜ਼ ਨੂੰ, ਮੈਂ ਖਿਮਾ ਵਾਲਾ ਜਿਹੜਾ ਸੁਭਾਅ ਸੀ ਨਾ, ਵੀ ਬੰਦਾ ਲੱਖ ਅਵਗੁਣ ਕਰੇ ਨਾ, ਪਰ ਖਿਮਾ ਉਦੋਂ ਹੀ ਮੰਗਦਾ ਜਦੋਂ ਇਹਦੀ ਪੇਸ਼ ਨਹੀਂ ਜਾਂਦੀ, ਉਦੋਂ ਪਹਿਲਾਂ ਨਹੀਂ ਮੰਗਦਾ ਹੈਗਾ। ਇਹ ਸਾਡਾ ਸਾਰਿਆਂ ਦਾ ਸੁਭਾਅ ਹੈ, ਪਹਿਲਾਂ ਹਮੇਸ਼ਾ ਅਸੀਂ ਬਚਣ ਦਾ ਯਤਨ ਕਰਨੇ ਹਾਂ। ਪਰ ਦਾਤਾ ਜੀ ਕਹਿੰਦੇ ਨੇ ਮੇਰੇ ਮਾਲਕ, ਮੈਂ ਤੇਰੇ ਚਰਨਾਂ ਵਿੱਚ ਹਾਂ, ਤੁਹਾਡੇ ਕੋਲੋਂ ਜਿਹੜੀ ਗੁਣਾਂ ਨਾਲ ਜੁੜ ਕੇ, ਸਤਿਗੁਰ ਦੇ ਉਪਦੇਸ਼ ਨਾਲ ਜੁੜ ਕੇ ਖਿਮਾ ਗਹੀ, ਮੈਂ ਖਿਮਾ ਵਾਲਾ ਸੁਭਾਅ ਜਿਹੜਾ ਹੈ ਉਹ ਸਤਿਗੁਰ ਦੇ ਚਰਨਾਂ ਵਿੱਚੋਂ ਲੈ ਲਿਆ। ਸੱਚ ਸੰਚਿਓ, ਫਿਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਨਾਮ ਰੂਪੀ ਸੱਚਾ ਧਨ ਸੀ ਉਹਨੂੰ ਮੈਂ ਆਪਣੇ ਜੀਵਨ ਵਿੱਚ ਇਕੱਠਾ ਕੀਤਾ, ਮੈਂ ਸੱਚ ਨਾਲ ਜੁੜ ਗਿਆ। ਉਹ ਸੱਚਾ, ਕਿਉਂਕਿ ਸੱਚ ਇੱਥੇ ਇੱਕ ਵਚਨ ਹੈ, ਸੱਚ ਦੇ ਚੱਚੇ ਥੱਲੇ ਔਂਕੜ ਹੈ, ਸੱਚ ਸੰਚਿਓ, ਸੱਚ ਪਰਮਾਤਮਾ ਅਕਾਲ ਪੁਰਖ ਰੱਬ ਜੀ, ਉਹਦੇ ਨਾਮ ਨੂੰ ਮੈਂ ਸੰਚਿਆ, ਇਕੱਠਾ ਕੀਤਾ ਆਪਣੇ ਅੰਦਰ, ਉਹਦੇ ਨਾਲ ਮੈਂ ਜੁੜਿਆ। ਅਤੇ ਸਾਹਿਬ ਕਹਿੰਦੇ ਨੇ ਖਾਇਓ ਅੰਮ੍ਰਿਤ ਨਾਮ, ਇਸ ਨਾਮ ਨੂੰ ਜਿਹੜਾ ਮੈਂ ਆਪਣੇ ਅੰਦਰ ਇਕੱਠਾ ਕੀਤਾ, ਜਿਹਨੂੰ ਸਾਹਿਬ ਕਹਿੰਦੇ ਨੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਹੁਣ ਸਾਹਿਬ ਕਹਿੰਦੇ ਨੇ ਇਹਨੂੰ ਮੈਂ ਆਪਣੇ ਅੰਦਰ ਨਿਤਾਂ ਪ੍ਰਤੀ ਖਾਂਦਾ ਹਾਂ। ਖਾਂਦਾ ਮਤਲਬ ਹੁਣ ਮੈਂ ਜਦੋਂ ਸਮਾਜ ਵਿੱਚ ਵਿਚਰਨਾ ਨਾ, ਜਿੱਥੇ ਜਿੱਥੇ ਮੈਨੂੰ ਜ਼ਰੂਰਤ ਪੈਂਦੀ ਹੈ ਨਾ, ਸਤਿਗੁਰ ਦੇ ਇਹ ਅੰਮ੍ਰਿਤ ਬਚਨ ਮੇਰਾ ਆਧਾਰ ਬਣਦੇ ਨੇ, ਮੇਰੀ ਰਾਹ ਦੀ ਪੂੰਜੀ ਬਣਦੇ ਨੇ। ਖਰੀ ਕਿਰਪਾ ਠਾਕੁਰ ਭਈ, ਆਨੰਦ ਸੁਖ ਬਿਸਰਾਮ। ਸਾਹਿਬ ਕਹਿੰਦੇ ਨੇ ਹੁਣ ਗੁਰੂ ਦੀ ਪੂਰੀ ਕਿਰਪਾ ਮੇਰੇ 'ਤੇ ਬਣ ਗਈ। ਖਰੀ ਦਾ ਮਤਲਬ ਹੁੰਦੀ ਹੈ, ਖਰੀ ਦਾ ਮਤਲਬ ਬਿਲਕੁਲ ਖਰਾ, ਜਿਹੜਾ ਜਿਹਦੇ ਅੰਦਰ ਕੋਈ ਤੋਟ ਨਹੀਂ। ਹੁਣ ਗੁਰੂ ਦੀ ਪੂਰੀ ਕਿਰਪਾ ਮੇਰੇ 'ਤੇ ਹੋ ਗਈ, ਖਰੀ ਕਿਰਪਾ ਠਾਕੁਰ ਭਈ, ਆਨੰਦ ਸੁਖ ਬਿਸਰਾਮ। ਆਨੰਦ ਵਿੱਚ, ਸੁਖ ਦੇ ਵਿੱਚ ਹੁਣ ਮੇਰਾ ਟਿਕਾਣਾ ਹੋ ਗਿਆ। ਖੇਪ ਨਿਭਾਹੀ ਬਹੁਤ ਲਾਭ, ਘਰ ਆਏ ਪਤਵੰਤ, ਖਰਾ ਦਿਲਾਸਾ ਗੁਰ ਦੀਆ, ਆਏ ਮਿਲੇ ਭਗਵੰਤ। ਖੇਪ ਦਾ ਮਤਲਬ ਹੁੰਦਾ ਪੂੰਜੀ, ਪੂੰਜੀ ਦਾ ਮਤਲਬ ਹੈ ਇੱਥੇ ਨਾਮ। ਸਾਹਿਬ ਕਹਿੰਦੇ ਨੇ ਖੇਪ ਨਿਭਾਹੀ, ਜਿਸ ਮਨੁੱਖ ਨੇ ਸਤਿਗੁਰ ਦੇ ਚਰਨਾਂ ਦੇ ਵਿੱਚੋਂ ਇਹ ਨਾਮ ਰੂਪੀ ਪੂੰਜੀ ਨੂੰ ਇਕੱਠਾ ਕਰ ਲਿਆ, ਸਿੰਚ ਲਿਆ ਆਪਣੇ ਅੰਦਰ,
ਉਹਨੂੰ ਫਿਰ ਬਹੁਤ ਲਾਭ, ਉਹਨੂੰ ਜੀਵਨ ਦੇ ਵਿੱਚ ਫਿਰ ਸਦਾ ਲਾਭ ਹੀ ਲਾਭ ਹੈ, ਟੋਟਾ ਨਹੀਂ ਹੈ। ਇਸ ਖਜ਼ਾਨੇ ਨੂੰ ਵਿਆਜਣ ਤੋਂ ਬਾਅਦ ਘਰ ਆਏ ਪਤਵੰਤ, ਉਹ ਆਪਣੇ ਨਿੱਜ ਘਰ ਦੇ ਅੰਦਰ, ਘਰ ਦੇ ਰਾਰੇ ਨੂੰ ਸਿਆਰੀ, ਆਪਣੇ ਘਰ ਦੇ ਅੰਦਰ, ਕਿਹੜਾ ਘਰ, ਆਪਣੀ ਸੁਰਤ ਦੇ ਅੰਦਰ ਟਿਕ ਗਿਆ। ਹੁਣ ਉਹਦੀ ਭਟਕਣਾ ਸੰਸਾਰ ਵਿੱਚ ਖਤਮ ਹੋ ਗਈ, ਉਹਨੂੰ ਹੁਣ ਜਿੰਨੇ ਮਰਜ਼ੀ ਲਾਲਚ ਕੋਈ ਦਿੱਤੀ ਜਾਏ, ਜਿੰਨੀਆਂ ਮਰਜ਼ੀ ਕੋਈ ਗੱਲਾਂ ਕਰੀ ਜਾਏ। ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜੀਵਨ ਤੁਸੀਂ 2 ਦਿਨ ਪਹਿਲਾਂ ਸਰਵਣ ਕੀਤਾ, ਜੋ ਮਰਜ਼ੀ ਰੱਖ ਦਿੱਤਾ ਜਾਏ ਉਹਦੇ ਸਾਹਮਣੇ, ਸਾਹਿਬਜ਼ਾਦਿਆਂ ਦਾ ਜੀਵਨ ਸਾਡੇ ਸਾਹਮਣੇ ਹੈ, ਜੋ ਮਰਜ਼ੀ। ਉਹ ਕਹਿੰਦਾ ਨਹੀਂ, ਹੁਣ ਮੈਂ ਪੱਤ ਛੇਤੀ ਆਪਣੇ ਮਾਲਕ ਦੇ ਘਰ ਪਹੁੰਚ ਗਿਆ, ਕਿਉਂਕਿ ਮੈਨੂੰ ਉਹ ਖਜ਼ਾਨਾ ਮਿਲ ਗਿਆ। ਜਿਸ ਖਜ਼ਾਨੇ ਦੀ ਪ੍ਰਾਪਤੀ ਤੋਂ ਬਾਅਦ ਸਾਰੀਆਂ ਲਾਲਸਾਵਾਂ ਖਤਮ ਹੋ ਜਾਂਦੀਆਂ ਨੇ। ਘਰ ਆਏ ਪਤਵੰਤ, ਨਿੱਜ ਘਰ ਦੇ ਵਿੱਚ ਆ ਗਿਆ, ਪਤ ਛੇਤੀ ਆ ਗਿਆ, ਧਨਵੰਤ ਬਣ ਕੇ ਆ ਗਿਆ, ਧਨ ਵਾਲਾ ਬਣ ਕੇ ਆ ਗਿਆ। ਹੁਣ ਸਤਿਗੁਰ ਕਹਿੰਦੇ ਨੇ ਉਹਦੇ ਅੰਦਰ ਕੋਈ ਬਾਹਰੀ ਖਿਆਲ ਨਹੀਂ ਹੈ, ਖਰਾ ਦਿਲਾਸਾ ਗੁਰਦੀਆ ਆਏ ਮਿਲੇ ਭਗਵੰਤ, ਆਪਨ ਕੀਆ ਆਪਨ ਕੀਆ ਕਰੇ ਆਪ, ਆਗੇ ਪਛੇ ਆਪ, ਨਾਨਕ ਸੋ ਸਰਾਈਐ ਜੇ ਘਟ ਘਟ ਰਹਿਆ ਬਿਆਪ। ਖਰਾ ਦਿਲਾਸਾ ਗੁਰਦੀਆ, ਗੁਰੂ ਨੇ ਹੁਣ ਖਰਾ ਖਰਾ ਪਿਓਰ ਭਾਵ, ਉਹ ਦਿਲਾਸਾ ਗੁਰੂ ਨੇ ਮੈਨੂੰ ਦੇ ਦਿੱਤਾ ਜਿਹਦੇ 'ਤੇ ਹੁਣ ਸ਼ੰਕੇ ਵਾਲੀ ਗੱਲ ਖਤ, ਪਹਿਲੋਂ ਸ਼ੰਕਾ ਸੀ ਕਿਉਂਕਿ ਨਾਮ ਧਨ ਨਾਲ ਨਹੀਂ ਸਾਂ ਜੁੜਿਆ, ਹੁਣ ਸ਼ੰਕਾ ਨਹੀਂ ਹੈ, ਹੁਣ ਗੁਰੂ ਕੋਲੋਂ ਦਿਲਾਸਾ ਮਿਲ ਗਿਆ। ਸਤਿਗੁਰ ਕਹਿੰਦੇ ਨੇ ਖਰਾ ਦਿਲਾਸਾ ਗੁਰਦੀਆ ਆਏ ਮਿਲੇ ਭਗਵੰਤੋ, ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦਾਤਾ ਮੈਨੂੰ ਮਿਲ ਗਿਆ। ਆਪਨ ਕੀਆ ਕਰੇ ਆਪ, ਉਹ ਆਪ ਕਰਨ ਯੋਗ ਹੈ, ਆਪਨ ਕੀਆ ਉਹਨੇ ਆਪ ਕੀਤਾ, ਆਪ ਉਹ ਕਰਦਾ, ਕਰੇ ਆਪ ਉਹ ਆਪ ਕਰਨ ਵਾਲਾ ਹੈ, ਅੱਗੇ ਪਾਛੇ ਆਪ। ਸਤਿਗੁਰ ਕਹਿੰਦੇ ਨੇ ਅੱਗੇ ਵੀ ਅਤੇ ਪਿੱਛੇ ਵੀ, ਭਾਵ ਜੋ ਅੱਗੇ ਆਉਣ ਵਾਲਾ ਸਮੇਂ, ਜੋ ਪਿੱਛੇ ਬੀਤ ਚੁੱਕਾ ਸਮੇਂ, ਹੁਣ ਸਮਝ ਆ ਗਈ ਵੀ ਕਰਨ ਵਾਲਾ ਉਹ ਆਪ ਸੀ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਅੱਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਹਿਲੋਂ ਮੇਰੇ ਮਨ 'ਚੋਂ ਸ਼ੰਕਾ ਸੀ, ਹੁਣ ਨਹੀਂ ਹੈ। ਹੁਣ ਸਾਹਿਬ ਕਹਿੰਦੇ ਨੇ ਅੱਗੇ ਜੋ ਆਉਣਾ ਹੈ ਪਰਮਾਤਮਾ ਦੇ ਹੁਕਮ ਵਿੱਚ, ਮੈਂ ਉਹਦੇ 'ਤੇ ਵੀ ਆਨੰਦ ਵਿੱਚ ਹਾਂ, ਅਤੇ ਜਿਹੜਾ ਪਿੱਛੇ ਲੰਘ ਗਿਆ ਹੁਣ ਮੈਨੂੰ ਉਹਦੀ ਵੀ ਚਿੰਤਾ ਨਹੀਂ ਹੈ। ਬੰਦਾ 2 ਚੀਜ਼ਾਂ ਵਿੱਚ ਜਿੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਗਾਵੇ। ਪਰ ਜਦੋਂ ਨਾਮ ਨਾਲ ਜੁੜਿਆ, ਹੁਣ ਮੈਂ ਵਰਤਮਾਨ ਵਿੱਚ ਵਰਤਦਾ, ਗੁਰਮੁਖ ਦਾ ਜੀਵਨ ਹੈ ਨਾ, ਉਹ ਪ੍ਰਜੈਂਟ ਵਿੱਚ ਜਿੰਦਾ ਹੈ। ਸਤਿਗੁਰੂ ਕਹਿੰਦੇ ਨੇ ਦਾਤਾ ਜੀ ਨਾ ਆਪਨ ਕੀਆ ਕਰੇ ਆਪ, ਆਗੇ ਪਾਛੇ ਆਪ, ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿਆ ਬੇ ਆਪ। ਨਾਨਕ ਜੀ ਉਹਨੂੰ ਸਲਾ ਜਿਹੜਾ ਹਰ ਜ਼ਰਰੇ ਦੇ ਅੰਦਰ ਵਿਰਾਜਮਾਨ ਹੈ, ਜਿਹੜਾ ਹਰ ਘਟ ਦੇ ਅੰਦਰ ਮੌਜੂਦ ਹੈ। ਸਲੋਕ ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਹੇ ਮੇਰੇ ਪ੍ਰਭੂ, ਆਏ ਪ੍ਰਭ ਸ਼ਰਨਾਗਤੀ, ਮੈਂ ਤੇਰੀ ਸ਼ਰਨ ਵਿੱਚ ਸ਼ਰਨਾਗਤ ਬਣ ਕੇ ਆਇਆ, ਜਾਚਕ ਬਣ ਕੇ ਆਇਆ, ਮੰਗਤਾ ਬਣ ਕੇ ਆਇਆ ਦਾਤਾ,
ਕਿਰਪਾ ਨਿਧ ਦਿਆਲ, ਹੇ ਕਿਰਪਾ ਕਰਨ ਵਾਲੇ ਦਾਤਾ, ਹੇ ਦਇਆ ਦੇ ਘਰ ਦਾਤਾ, ਦਿਆਲੂ ਸਤਿਗੁਰੂ, ਤੂੰ ਕਿਰਪਾ ਦਾ ਖਜ਼ਾਨਾ ਹੈ, ਤੂੰ ਦਿਆਲਤਾ ਦਾ ਘਰ ਹੈ। ਸਤਿਗੁਰ ਕਿਰਪਾ ਕਰੋ ਮੇਰੇ 'ਤੇ, ਏਕ ਅੱਖਰ ਹਰ ਮਨ ਬਸਤ। ਜਿਹਦੇ ਮਨ ਵਿੱਚ ਇੱਕ ਅੱਖਰ ਵਸ ਜਾਂਦਾ, ਇੱਕ ਅੱਖਰ ਕੀ ਹੈ, ਇੱਕ ਅੱਖਰ, ਇਸ ਅੱਖਰ ਦੇ ਜਿਹੜੇ ਅਰਥ ਕੀਤੇ ਨੇ ਇੱਥੇ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ, ਉਹਨਾਂ ਨੇ ਕੀਤੇ ਨੇ ਹੁਕਮ, ਪਰਮਾਤਮਾ ਦਾ ਨਾਮ ਹੁਕਮ, ਜਿਹਨੂੰ ਸਤਿਗੁਰ ਬਾਣੀ ਵਿੱਚ ਕਈ ਥਾਵਾਂ 'ਤੇ ਸ਼ਬਦ ਇਸ ਤਰ੍ਹਾਂ ਦੇ ਆਉਂਦੇ ਨੇ। ਪਾਤਸ਼ਾਹ ਕਹਿੰਦੇ ਨੇ ਇੱਕ ਅੱਖਰ ਜਿਹਦੇ ਅੰਦਰ ਵਸ ਜਾਂਦਾ ਹੈ ਨਾ, ਦਾਤਾਰ ਪਿਤਾ ਕਹਿੰਦੇ ਨੇ ਇੱਕ ਹੁਕਮ ਜਿਹਦੇ ਅੰਦਰ ਟਿਕ ਜਾਂਦਾ, ਕਿਉਂਕਿ ਸਾਰੀ ਖੇਡ ਰੱਬ ਜੀ ਦੇ ਹੁਕਮ ਦੀ ਹੈ, ਉਹਦੇ ਵਿੱਚ ਜੀਣਾ, ਉਹ ਕਿਤੇ ਬਾਹਰ ਨਹੀਂ ਹੈ। ਸਾਹਿਬ ਕਹਿੰਦੇ ਨਾਨਕ ਲਿਖਿਆ ਨਾਲ ਹੈ, ਜਿਵੇਂ ਜਿਵੇਂ ਆਪਾਂ ਵਰਤਦੇ ਹਾਂ ਨਾ ਸੰਸਾਰ ਵਿੱਚ, ਉਹ ਸਾਡੇ ਨਾਲ ਹੀ ਹੈ, ਕਦੇ ਦੁੱਖ ਰੂਪ ਵਿੱਚ ਆ ਗਿਆ, ਕਦੇ ਸੁੱਖ, ਕਦੇ ਖੁਸ਼ੀ, ਕਦੇ ਗਮੀ। ਹੁਣ ਉਹਦੇ ਵਿੱਚ ਮੈਂ ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਕਿਸ ਢੰਗ ਦੇ ਨਾਲ ਅਪਲਾਈ ਕਰਨਾ, ਕਿਤੇ ਐਸਾ ਤਾਂ ਨਹੀਂ ਵੀ ਸੁੱਖ ਆਵੇ ਅਤੇ ਮੈਨੂੰ ਸਭ ਕੁਝ ਹੀ ਵਿਸਰ ਜਾਂਦਾ, ਦੁੱਖ ਆਵੇ ਅਤੇ ਮੇਰਾ ਰੋਣਾ ਸ਼ੁਰੂ ਹੋ ਜਾਂਦਾ, ਭਾਵ ਗਿਲਾ ਸ਼ੁਰੂ ਹੋ ਜਾਂਦਾ ਰੱਬ ਤੋਂ। ਸਾਹਿਬ ਕਹਿੰਦੇ ਨੇ ਉਹ ਜਿਹੜਾ ਇੱਕ ਅੱਖਰ ਹੈ, ਨਾਮ ਹੈ, ਪਾਤਸ਼ਾਹ ਜੀ ਕਹਿੰਦੇ ਨੇ ਏਕ ਅੱਖਰ ਹਰ ਮਨ ਬਸਤ, ਪਰਮਾਤਮਾ ਦਾ ਹੁਕਮ ਮੇਰੇ ਮਨ ਵਿੱਚ ਵਸ ਗਿਆ, ਨਾਨਕ ਹੋਤ ਨਿਹਾਲ। ਹੈ ਨਾਨਕ ਜੀ, ਹੁਣ ਮੈਂ ਨਿਹਾਲ ਹੋ ਗਿਆ, ਹੁਣ ਮੈਂ ਆਨੰਦ ਦੇ ਵਿੱਚ ਰਹਿੰਦਾ ਹਾਂ। ਪੌੜੀ ਅੱਖਰ ਮਹਿ ਤ੍ਰਿਪਵਨ ਪ੍ਰਭ ਤਾਰੇ, ਅੱਖਰ ਕਰ ਕਰ ਬੇਦ ਵਿਚਾਰੇ। ਇਸ ਹੁਕਮ ਦੇ ਅੰਦਰ ਪਰਮਾਤਮਾ ਨੇ ਤ੍ਰਿਪਵਨ ਪ੍ਰਭ ਤਾਰੇ, ਤ੍ਰਿਪਵਨ ਤਿੰਨ ਪਵਨ, ਧਰਤੀ ਅਸਮਾਨ ਅਤੇ ਪਤਾਲ, ਤਿੰਨ ਭਵਨ ਜਿਹੜੇ ਨੇ ਨਾ ਪਰਮਾਤਮਾ ਦੇ, ਜੋ ਸਾਡੇ ਸਾਹਮਣੇ ਨੇ, ਅਸਮਾਨ ਨਜ਼ਰ ਆ ਰਿਹਾ, ਧਰਤੀ 'ਤੇ ਆਪਾਂ ਰਹਿ ਰਹੇ ਹਾਂ, ਪਤਾਲ ਥੱਲੇ। ਹੁਣ ਸਾਹਿਬ ਕਹਿੰਦੇ ਨੇ ਜਿਹੜੇ ਤਿੰਨ ਭਵਨ ਨੇ ਨਾ, ਅੱਖਰ ਮੈਂ ਤ੍ਰਿਪਵਨ ਪ੍ਰਭ ਧਾਰੇ, ਪਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਇਹ ਸਾਰੇ ਟਿਕਾਏ ਹੋਏ ਨੇ, ਜਿਹਨੂੰ ਸਾਹਿਬ ਕਹਿੰਦੇ ਨਾਮ ਕੇ ਧਾਰੇ ਸਗਲੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਹ ਜਿੰਨਾ ਕੁਝ ਹੈ ਦਾਤਾ ਜੀ ਕਹਿੰਦੇ ਨੇ ਸਤਿਗੁਰੇ ਤੁਹਾਡੇ ਹੁਕਮ ਦੇ ਵਿੱਚ ਹੈ। ਅੱਖਰ ਕਰ ਕਰ ਬੇਦ ਵਿਚਾਰੇ, ਜਿੰਨੇ ਬੇਦ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ, ਭਾਵ ਧਾਰਮਿਕ ਪੁਸਤਕਾਂ, ਧਾਰਮਿਕ ਗ੍ਰੰਥ ਜਿਹੜੇ ਲਿਖੇ ਗਏ, ਜਿਨ੍ਹਾਂ ਦੀ ਵਿਚਾਰ ਹੋ ਰਹੀ ਹੈ, ਸਤਿਗੁਰੇ ਸਭ ਤੁਹਾਡੇ ਹੁਕਮ ਦੇ ਅੰਦਰ ਹਨ। ਅੱਖਰ ਸ਼ਾਸਤਰ ਸਿਮ੍ਰਿਤ ਪੁਰਾਨਾ, ਅੱਖਰ ਨਾਦ ਕਥਨ ਵਖਿਆਨਾ। ਸ਼ਾਸਤਰ ਸਿਮ੍ਰਿਤੀਆਂ ਪੁਰਾਣ ਜਿੰਨਾ ਕੁਝ ਹੈ, ਸਾਹਿਬ ਜੀ ਕਹਿੰਦੇ ਨੇ ਇਸਨਾਂ ਸਾਰਿਆਂ ਦਾ ਜਿਹੜਾ ਪ੍ਰਗਟਾ ਹੈ, ਇਹ ਦਾਤਾ ਜੀ ਤੁਹਾਡੇ ਹੁਕਮ ਦੇ ਵਿੱਚ ਹੀ ਹੈ। ਤੁਹਾਡੇ ਹੁਕਮ ਵਿੱਚ ਸ੍ਰਿਸ਼ਟੀ ਸਾਜੀ, ਮਨੁੱਖ ਸਾਜਿਆ ਗਿਆ, ਜਿਹਦੀ ਮੱਤ ਵਿੱਚੋਂ ਪੈਦਾ ਹੋਏ। ਸਤਿਗੁਰੂ ਜੀ, ਇਹ ਇਹਨਾਂ ਦਾ ਰੂਟ ਤੁਹਾਡਾ ਹੁਕਮ ਹੀ ਹੈ, ਤੁਹਾਡੇ ਹੁਕਮ ਤੋਂ ਬਿਨਾਂ ਨਹੀਂ ਹੈ। ਦਾਤਾ ਜੀ ਕਹਿੰਦੇ ਨੇ ਹੇ ਮੇਰੇ ਮਾਲਕ ਜੀ, ਅੱਖਰ ਸ਼ਾਸਤਰ ਸਿਮ੍ਰਿਤ ਪੁਰਾਨਾ, ਅੱਖਰ ਨਾਦ ਕਥਨ ਵਖਿਆਨਾ। ਨਾਦ ਕਹਿੰਦੇ ਨੇ ਕਿਸੇ ਸਾਊਂਡ ਨੂੰ, ਜਿਵੇਂ ਕੋਈ ਕੀਰਤਨ ਦਾ ਸਾਊਂਡ, ਕਿਸੇ ਤਰ੍ਹਾਂ ਦਾ ਕੋਈ ਨਾਦ ਗਾਣਾ ਜਿਹਨੂੰ ਕਹਿ ਸਕਦੇ ਹਾਂ ਆਪਾਂ। ਪਾਤਸ਼ਾਹ ਕਹਿੰਦੇ ਨੇ ਜਿਹੜਾ ਨਾਦ ਹੈ, ਕਥਨ ਬੋਲਣਾ, ਵਖਿਆਨ ਕਰਨਾ, ਇਹ ਜਿੰਨਾ ਕੁਝ ਹੈ ਦਾਤਾਰ ਪਿਤਾ ਜੀ, ਸਾਰਾ ਤੁਹਾਡੇ ਹੁਕਮ ਦੇ ਅੰਦਰ ਹੈ। ਭਾਵ ਕੋਈ ਕਥਨ ਕਰ ਰਿਹਾ, ਕੋਈ ਨਾਦ ਰਾਹੀਂ ਤੁਹਾਨੂੰ ਚੇਤੇ ਕਰ ਰਿਹਾ, ਕੋਈ ਵਖਿਆਨ ਕਰ ਰਿਹਾ, ਇਹ ਦਾਤਾ ਜੀ ਇਹ ਸਾਰਾ ਤੁਹਾਡੇ ਹੁਕਮ ਦਾ ਜ਼ਹੂਰ ਹੈ, ਤੁਹਾਡੇ ਹੁਕਮ ਤੋਂ ਬਾਹਰ ਨਹੀਂ। ਅੱਖਰ ਮੁਕਤ ਜੁਗਤ ਪੈ ਪਰਮਾ,
ਅੱਖਰ ਕਰਮ ਕਿਰਤ ਸੁਚ ਧਰਮ। ਹੁਣ ਜਿਹੜੇ ਸੰਸਾਰ ਦੇ ਅੰਦਰ ਇਹਨਾਂ ਤੋਂ ਛੁੱਟ ਕੇ ਭੈ ਭਰਮ ਨੇ, ਪਾਤਸ਼ਾਹ ਕਹਿੰਦੇ ਨੇ ਉਹਨਾਂ ਭੈ ਭਰਮਾਂ ਤੋਂ ਬਾਹਰ ਹੋਣਾ, ਮੁਕਤ ਦਾ ਮਤਲਬ ਇਹਨਾਂ ਤੋਂ ਬਾਹਰ ਨਿਕਲਣਾ, ਉਹ ਜਿਹੜੀਆਂ ਜੁਗਤੀਆਂ ਨੇ ਸਤਿਗੁਰੂ ਵੀ ਤੁਹਾਡੇ ਹੁਕਮ ਦੇ ਅੰਦਰ ਨੇ। ਅੱਖਰ ਕਰਮ ਕਿਰਤ ਸੁਚ ਧਰਮ, ਕਿਰਤ ਕਰਮ, ਕਿਰਤ ਕਰਮ ਦਾ ਮਤਲਬ ਹੈ ਕੀਤੇ ਹੋਏ ਕਰਮ। ਤੁਸੀਂ ਸ਼ਬਦ ਪੜ੍ਹਦੇ ਹੋ ਕਿਰਤ ਕਰਮ ਕੇ ਵਿਛੁੜੇ, ਮੇਰੇ ਕੀਤੇ ਹੋਏ ਕਰਮਾਂ ਕਰਕੇ। ਹੁਣ ਸਾਹਿਬ ਕਹਿੰਦੇ ਨੇ ਜਿਹੜੇ ਕੀਤੇ ਹੋਏ ਕਰਮ ਨੇ ਕਿ ਕਰਮ ਕਿਰਤ ਸੁਚ ਧਰਮ, ਦਾਤਾ ਜੀ ਜਿਹੜੇ ਮੈਂ ਕੀਤੇ ਹੋਏ ਕਰਮ ਸੀ ਮੇਰੇ, ਉਹ ਕਰਨਯੋਗ ਕਰਮ ਪਾਤਸ਼ਾਹ ਕਹਿੰਦੇ ਨੇ ਤੁਹਾਡੇ ਹੁਕਮ ਦੇ ਅੰਦਰ ਹੀ ਉਹ ਸੁੱਚ ਧਰਮ, ਪਾਤਸ਼ਾਹ ਕਹਿੰਦੇ ਨੇ ਉਹ ਸੁੱਚ ਪਵਿੱਤਰ ਧਰਮ ਨੇਮ, ਉਹ ਤੁਹਾਡੇ ਨੇਮ ਦੇ ਵਿੱਚ ਨਿਭਦੇ ਨੇ, ਭਾਵ ਜਿਹੜੇ ਮੇਰੇ ਕੀਤੇ ਹੋਏ ਕਰਮ ਨੇ ਉਹ ਸਾਰੇ ਦਾਤਾ ਜੀ ਤੁਹਾਡੇ ਹੁਕਮ ਦੇ ਅੰਦਰ ਹੀ ਜਦੋਂ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ ਦਾਤਾਰ ਪਿਤਾ ਜੀ, ਉਹ ਸੁੱਚ ਧਰਮਾਂ ਵਿੱਚ ਤਬਦੀਲ ਹੁੰਦੇ ਨੇ, ਉਹ ਪਵਿੱਤਰ ਹੋ ਜਾਂਦੇ ਨੇ, ਉਹ ਤੁਹਾਡੇ ਹੁਕਮ ਤੋਂ ਫਿਰ ਬਾਹਰ ਨਹੀਂ ਹੁੰਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਸਭ ਚੀਜ਼ਾਂ ਦਾਤਾ ਜੀ ਤੁਹਾਡੇ ਹੁਕਮ ਦੇ ਅੰਦਰ ਹਨ। ਦ੍ਰਿਸ਼ਟ ਮਹਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਹੁਣ ਸਤਿਗੁਰ ਨੇ ਅਖੀਰ ਵਿੱਚ ਸਾਰੀ ਗੱਲ ਸਮੇਟ ਦਿੱਤੀ ਵੀ ਦ੍ਰਿਸ਼ਟਮਾਨ, ਜਿੰਨਾ ਦ੍ਰਿਸ਼ਟਮਾਨ ਹੈ ਜੋ ਸਾਨੂੰ ਨਜ਼ਰ ਆ ਰਿਹਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਇਹ ਸਤਿਗੁਰ ਕਹਿੰਦੇ ਨੇ ਦ੍ਰਿਸ਼ਟਮਾਨ ਪਰਮਾਤਮਾ ਦੇ ਹੁਕਮ ਦਾ ਇੱਕ ਪ੍ਰਗਟਾਵਾ ਹੈ, ਇਹਨੂੰ ਸਰਗੁਣ ਸਰੂਪ ਸਮਝ ਲਓ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਇਹ ਸਰਗੁਣ ਸਰੂਪ ਹੈ, ਜਿੰਨਾ ਪਰਮਾਤਮਾ ਦਾ ਬਾਹਰੀ ਨਾਦ ਰੂਪ ਵਿੱਚ ਜਾਂ ਸਤਿਗੁਰੂ ਜੀ ਨੇ ਆਖਿਆ ਸਿਮ੍ਰਿਤੀਆਂ ਪੁਰਾਣਾਂ ਦੇ ਰੂਪ ਵਿੱਚ, ਵੇਦਾਂ ਦੇ ਰੂਪ ਵਿੱਚ, ਧਾਰਮਿਕ ਗ੍ਰੰਥਾਂ ਅਤੇ ਪੁਸਤਕਾਂ ਦੇ ਰੂਪ ਵਿੱਚ, ਸਭ ਕਹਿੰਦੇ ਨੇ ਸਾਰਾ ਦ੍ਰਿਸ਼ਟਮਾਨ ਜਿੰਨਾ ਹੈ ਇਹ ਸਤਿਗੁਰੂ ਜੀ ਤੁਹਾਡਾ ਹੁਕਮ ਹੈ, ਇਹ ਸਾਰਾ ਹੁਕਮ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਪਰ ਸਾਹਿਬ ਕਹਿੰਦੇ ਨੇ ਜਿਹੜਾ ਪਰਮਾਤਮਾ ਹੈ ਨਾ, ਉਹ ਜਿਹੜਾ ਅਕਾਲ ਪੁਰਖ ਹੈ, ਜਿਹੜਾ ਪਾਰ ਬ੍ਰਹਮ ਹੈ, ਪਾਰ ਨੂੰ ਜਾਣਨ ਵਾਲਾ, ਉਹ ਨਿਰਲੇਪ ਹੈ, ਉਹ ਇਹਦੇ ਵਿੱਚ ਨਹੀਂ ਹੈ। ਉਹਨੇ ਨਿਯਮਾਵਲੀ ਆਪਣੀ ਕੁਦਰਤ ਦੀ ਬਣਾਈ ਹੈ, ਉਸ ਨਿਯਮਾਵਲੀ ਦੇ ਵਿੱਚ ਮਨੁੱਖ ਵਿਚਰ ਰਿਹਾ ਹੈ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ ਹੈ। ਜਿਹੜਾ ਧਰਮ ਕਮਾ ਰਿਹਾ ਹੈ ਉਹ ਧਰਮੀ ਬਣ ਜਾਂਦਾ ਹੈ, ਸ਼ੁਭ ਬਣ ਜਾਂਦਾ ਹੈ, ਪਵਿੱਤਰ ਬਣ ਜਾਂਦਾ ਹੈ। ਜਿਹੜਾ ਪਾਪ ਕਮਾ ਰਿਹਾ ਹੈ ਪਾਪੀ ਅਖਵਾਉਂਦਾ। ਇਹ ਤੁਹਾਡੇ ਹੁਕਮ ਵਿੱਚ ਹੈ, ਪਰ ਸਤਿਗੁਰ ਤੁਸੀਂ ਇਸ ਹੁਕਮ ਦੇ ਉੱਤੋਂ ਨਿਰਲੇਪ ਹੋ, ਤੁਸੀਂ ਇਸ ਹੁਕਮ ਦੇ ਅੰਦਰ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਸਤਿਗੁਰ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ, ਤਾਂ ਕਿ ਸਾਡਾ ਜੁੜਿਆ ਪੜ੍ਹਿਆ ਪ੍ਰਵਾਨ ਹੋਵੇ। ਅਰਦਾਸ ਕਰ